ਆਹ ਕਿਸਾਨ ਬਾਈ ਪਿਛਲੇ 15 ਸਾਲਾਂ ਤੋਂ 14 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦਾ। ਇਹ ਕਿਸਾਨ ਕੋਲੇ ਕੋਈ ਬਾਹਲੀ ਜ਼ਮੀਨ ਵੀ ਨਹੀਂ ਸੀਗੀ, ਥੋੜੀ ਜਿਹੀ ਜ਼ਮੀਨ ਦਾ ਮਾਲਕ ਆ। ਕਹਿੰਦਾ ਬਾਈ ਬਸ ਮੈਂ ਇੱਕ ਗੱਲ ਤੇ ਅਸਰ ਕਰਦਾ ਵੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਾ। ਕਹਿੰਦਾ ਵੀ ਜਦੋਂ ਆਪਾਂ ਗੁਰਬਾਣੀ ਦਾ ਰੋਜ਼ ਤੜਕੇ ਸਲੋਕ ਇਹ ਪੜ੍ਹਦੇ ਹਾਂ ਤਾਂ ਆਪਾਂ ਇਹ ਗੁਰਬਾਣੀ ਦੀਆਂ ਗੱਲਾਂ ਤੇ ਅਮਲ ਕਿਉਂ ਨਹੀਂ ਕਰਦੇ। ਬਾਈ ਕੋਲੇ ਬਾਈ ਬਹੁਤ ਵਧੀਆ ਤਰੀਕੇ ਨੇ। ਬਾਈ ਕਹਿੰਦਾ ਵੀ ਕਿਵੇਂ ਪਰਾਲੀ ਦਾ ਹੱਲ ਹੋ ਸਕਦਾ, ਕਿਵੇਂ ਪਰਾਲੀ ਨੂੰ ਕੱਲਾ ਕੱਲਾ ਜਿਹੜਾ ਕਿਸਾਨ ਆ ਚਾਹੇ ਉਹ 1 ਕਿੱਲੇ ਵਾਲਾ, ਕਹਿੰਦਾ ਬਾਈ ਉਹ ਵੀ ਆਪਦੇ ਖੇਤ ਦੇ ਵਿੱਚ ਵਾਹਿਆ ਕਰੂਗਾ। ਪਰ ਬਾਈ ਵੱਲੋਂ ਕੁਛ ਨੁਕਤੇ ਦੱਸੇ ਹੋਏ ਨੇਗੇ ਜਿਹੜੇ ਆਪਾਂ ਕਹਿ ਦਈਏ ਭਰਾਵੋ ਤਜਰਬੇ ਦੇ ਆਧਾਰ ਤੇ ਕੰਮ ਕਰਦੇ ਆ। ਬਾਈ ਪੰਜਾਬ ਦਾ ਅਗਾਂਹ ਵਧੂ ਕਿਸਾਨ ਹੈ, ਕੱਲਾ ਗੱਲਾਂ ਨਾਲ ਅਗਾਂਹ ਵਧੂ ਨਹੀਂ ਹੈਗਾ ਜਾਂ ਵੀਡੀਓ 'ਚ ਅਗਾਂਹ ਵਧੂ ਨਹੀਂ ਹੈਗਾ। ਆਹ ਦੇਖ ਲਓ ਇਹਨੇ 1985 ਝੋਨਾ ਵੱਢਿਆ ਸੀ ਤੇ ਵੱਢਣ ਤੋਂ ਬਾਅਦ ਦੂਜੇ ਦਿਨ ਬਾਈ ਇਹਦੇ ਵਿੱਚ ਆ ਸੁਪਰ ਸੀਡਰ ਚਲਾਤਾ। ਕਹਿੰਦਾ ਇਸ ਤੋਂ ਬਾਅਦ ਸੁੱਖੀ ਬਾਈ ਇਹਨੂੰ ਲਾਵਾਂਗੇ ਪਾਣੀ। ਗੱਲਾਂ ਸੁਣੋ ਬੰਦੇ ਦੀਆਂ, ਗੱਲਾਂ ਖਰੀਆਂ ਨੇ ਪਰ ਹੈ ਸਰਕਾਰ ਕਹਿੰਦੀ ਆ ਵੀ ਅਸੀਂ ਰੈੱਡ ਲਾਈਨਾਂ ਮਾਰ ਦਾਂਗੇ। ਜੇ ਰੈੱਡ ਲਾਈਨ ਮਾਰਨੀ ਆ ਭਗਵੰਤ ਮਾਨ ਨੇ ਤਾਂ ਆਪਦੇ MLA ਦੇ ਮਾਰੇ, ਜਿਹੜਾ ਵਾਹਣ ਦੇ ਕੇ ਠੇਕੇ ਤੇ ਸਿਆਸਤ ਕਰਦਾ ਫਿਰਦਾ ਲੋਕਾਂ ਨਾਲ। ਸਹੀ ਗੱਲ ਹੈ। ਹੈਂ ਰੈੱਡ ਲਾਈਨ ਮਾਰਨੀ ਆ ਇੱਕ ਪਟਵਾਰੀ ਦੇ ਮਾਰੇ 20 ਕਿੱਲੇ 50 ਦੇ ਕੇ ਠੇਕੇ ਤੇ, ਆਪ 1 ਲੱਖ ਰੁਪਇਆ ਤਨਖਾਹ ਲੈਂਦਾ, 1 ਲੱਖ ਰੁਪਇਆ ਉੱਤੋਂ ਬਣਦਾ। ਸਹੀ ਗੱਲ ਹੈ। ਜੇ ਰੈੱਡ ਲਾਈਨ ਮਾਰਨੀ ਆ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਮਾਰੇ, ਜਿੱਥੇ ਰੋਜ਼ ਸਲੋਕ ਵੀ ਪੜਿਆ ਜਾਂਦਾ ਤਾਂ ਲੈ ਕੇ ਠੇਕਾ ਉਹ ਜਾਂਦੇ ਨੇ, ਜ਼ਮੀਨਾਂ ਦਾ ਕਿਸਾਨ ਨੂੰ ਕੀ ਦਿੰਦੇ ਨੇ? ਬਿਲਕੁਲ। ਇੱਕ ਮੰਨ ਕੇ ਚੱਲੋ ਜੀ, ਨਿਹਾਲ ਸਿੰਘ ਵਾਲੇ ਦੇ ਨੇੜੇ ਇੱਕ ਮਾਸਟਰ ਹੈਗਾ, ਉਦਾਹਰਣ ਦਿੰਦਾ ਮੈਂ ਤੁਹਾਨੂੰ। ਠੀਕ ਹੈ। ਉਹ ਬਾਈ ਉਹਦਾ ਵਾਹਣ ਚੜ ਗਿਆ 75,000 ਨੂੰ। ਠੀਕ ਹੈ। ਉਹ ਬੰਦੇ ਨੂੰ ਕਹਿੰਦਾ ਜੀ ਮੈਂ ਤੈਨੂੰ ਅਗਲੀ ਕਿਸ਼ਤ ਦੇ ਵਿੱਚ 3,000 ਰੁਪਇਆ ਕਿੱਲਾ ਛੱਡ ਦੂੰ, 70,000 ਲਊਂਗਾ, ਪਰ ਮੇਰੇ ਵਾਹਣ 'ਚ ਤਾਂ ਅੱਗ ਨਹੀਂ ਲਾਉਣੀ। ਜ਼ਿਮੀਂਦਾਰ ਨੇ ਖੁਸ਼ ਹੋ ਕੇ ਕਹਿਤਾ, ਕਹਿੰਦਾ ਮੈਨੂੰ 3,000 ਬਚਦਾ ਮੈਂ ਕਿਉਂ ਲਾਊਂਗਾ। ਸਹੀ ਗੱਲ ਹੈ। ਹੈਂ ਬਿਲਕੁਲ। ਜਿਹੜੇ ਧਰਤੀ ਤੇ ਸਾਹ ਲੈਂਦੇ ਆ ਜ਼ਮੀਨਾਂ ਦੇ ਮਾਲਕ ਨੇ, ਜੇ ਉਹਨਾਂ ਫਰਜ਼ ਇਕੱਲੇ ਕਿਸਾਨ ਦਾ ਥੋੜੀ ਆ ਵੀ ਤੂੰ ਆ ਰੋਕਣਾਗਾ, ਉਹ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਦਾ ਵੀ ਹੱਕ ਆ। ਇੱਕ ਕਾਰਦੀਏ ਕੋਲੇ 100 ਕਿੱਲਾ ਵਾਹਣ ਦਾ ਠੇਕੇ ਦਿੰਦਾ ਉਹ। ਸਹੀ ਗੱਲ ਹੈ। ਉਹਨੂੰ ਤਾਂ ਅੱਜ ਤੱਕ ਸਰਕਾਰ ਨੇ ਕਿਹਾ ਨਹੀਂ ਵੀ ਤੇਰਾ ਅਸੀਂ ਲਾਇਸੈਂਸ ਕੈਂਸਲ ਕਰ ਦਾਂਗੇ। ਸਹੀ ਗੱਲ ਹੈ। ਜ਼ਿਮੀਂਦਾਰ ਨੂੰ ਕਹਿਤਾ ਵੀ ਤੇਰਾ ਰੈੱਡ ਲਾਈਨ ਮਾਰ ਦਾਂਗੇ ਤੇਰੀ ਫਰਦ ਤੇ, ਵੀ ਤੇਰਾ ਝੰਡੋ ਚੋਦਾਂਗੇ ਜੀ। ਹਾਂ ਵੀ ਜ਼ਿਮੀਂਦਾਰ ਥੋੜੀ ਕਸੂਰਵਾਰ ਆ, ਉਹ ਵੀ ਆ ਜਿਹਨੇ 80,000 ਠੇਕੇ ਦਾ ਲੈ ਲਿਆ। ਸਹੀ ਗੱਲ ਹੈ। ਵੀ ਉਹ ਵੀ ਕਸੂਰਵਾਰ, ਉਹ ਵੀ ਕਸੂਰਵਾਰ ਆ ਨਾ। ਇਹ ਪੈਸਾ ਜੇ ਆਪਾਂ ਸਿੱਧਾ ਕਿਸਾਨ ਨੂੰ ਕਹਿੰਦੇ ਵੀ ਤੂੰ 10 ਕਿੱਲਾ ਹੀ ਸਾਂਭਣਾ, ਤੈਨੂੰ ਅਸੀਂ 20 ਰੁਪਏ ਕੁਇੰਟਲ ਜਾਂ 10 ਰੁਪਏ ਕੁਇੰਟਲ ਬਾਉਣ ਦਿੰਦੇ ਹਾਂ, ਤੂੰ ਸਾਂਭ ਇਹਨੂੰ। ਠੀਕ ਹੈ। ਇਹ ਸਮਝ ਆਉਂਦੀ ਹੁਣ ਤੱਕ? ਮਤਲਬ ਕਿਸਾਨ ਸਰਕਾਰ ਇਹੀ ਹੱਲ ਕਰ ਸਕਦੀ ਆ? ਹਾਂ, ਸਭ ਤੋਂ ਪਹਿਲਾਂ ਤਾਂ ਬਾਈ ਸਰਕਾਰ ਨਹੀਂ ਚਾਹੁੰਦੀ ਹੈਗੀ ਵੀ ਅਸੀਂ ਅੱਗ ਬੰਦ ਕਰੀਏ ਪੰਜਾਬ 'ਚ। ਅੱਛਾ। ਕੋਈ ਵੀ ਆ ਜੇ, ਕੈਪਟਨ ਸਰਕਾਰ ਦੇ ਵਿੱਚ, ਬਾਦਲ ਸਰਕਾਰ ਦੇ ਵਿੱਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਮਹਿਕਮੇ ਨਾਲ ਗਿਆ ਹੋਇਆ ਮੈਂ। ਅੱਛਾ। ਉੱਥੇ ਤੱਕ ਮੀਟਿੰਗਾਂ ਹੋਈਆਂ ਨੇ? 3 ਪੇਸ਼ੀਆਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਵੀ ਭੁਗਤੀਆਂ ਹੋਈਆਂ ਨੇ ਮੈਂ, ਪੰਜਾਬ ਸਰਕਾਰ ਦੇ ਹੱਕ 'ਚ, ਕੈਪਟਨ ਸਰਕਾਰ ਦੇ 'ਚ, ਬਾਦਲ ਦੇ 'ਚ। ਅੱਛਾ। ਲੇਕਿਨ ਸਰਕਾਰਾਂ ਨਹੀਂ ਚਾਹੁੰਦੀਆਂ। ਪਤਾ 2011 ਤੋਂ ਅੱਗ ਨਹੀਂ ਲਾਈ ਆਪਦੀ ਜ਼ਮੀਨ 'ਚ। 2011 ਤੋਂ? ਹਾਂ। ਕਿੰਨਾ ਬੰਦ ਆਪਦੇ ਘਰ ਦੇ 4 ਕਿੱਲਿਆਂ ਦੇ 20,000 ਮੇਰੇ ਕੋਲ ਘਰ ਦੇ ਕਿੱਲੇ 4 ਹੀ ਨੇ ਬਾਈ। ਅੱਛਾ। ਮੇਰੇ ਕੋਲੇ 10-15 ਕਿੱਲੇ ਠੇਕੇ ਤੇ ਹੁੰਦੇ ਨੇ। ਠੀਕ ਹੈ। ਉਹਨਾਂ ਵਿੱਚ ਵੀ ਨਹੀਂ ਲਾਉਂਦੇ? ਨਹੀਂ ਨਹੀਂ ਠੇਕੇ ਵਾਲੀ ਜ਼ਮੀਨ 'ਚ ਵੀ ਨਹੀਂ ਲਾਉਂਦੇ। ਠੇਕੇ ਵਾਲੀ ਜ਼ਮੀਨ ਲਾਉਂਦੇ? ਨਾ ਨਾ। ਵਾਓ ਬਾਈ, ਜਜ਼ਬਾ ਹੈਗਾ ਵੀ ਹਾਂ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਵੀ ਆਹ ਕੰਮ ਅਸੀਂ ਕਰਨਾ, ਇਹ ਤਾਂ ਗੱਲ ਹੀ ਕੁਛ ਨਹੀਂ, ਫਿਰ ਰੱਬ ਭੰਡਾਰੇ ਖੋਲ ਦਿੰਦਾ। ਬਿਲਕੁਲ ਬਾਈ, ਗੱਲ ਜਜ਼ਬੇ ਵਾਲੀ ਆ। ਬਾਈ ਨੇ ਕੱਲ ਵੀਡੀਓ ਦੇ ਵਿੱਚ 2-3 ਵਾਰੀ ਕਿਹਾ, ਕਹਿੰਦਾ ਜਜ਼ਬਾ ਹੋਣਾ ਚਾਹੀਦਾ ਉਹ ਹੈਗਾ। ਵਿੱਚ ਕਮੈਂਟਾਂ ਦੇ ਵਿੱਚ ਸਾਡੇ ਫੇਸਬੁੱਕੀ ਵਿਦਵਾਨ ਕਹਿੰਦੇ ਕਹਿੰਦੇ ਬਾਈ ਤੇਰਾ ਜਜ਼ਬਾ ਤਾਂ ਟਰੈਕਟਰ ਦੇਖ ਕੇ ਪਤਾ ਲੱਗ ਗਿਆ ਵੀ ਵੱਡਾ ਟਰੈਕਟਰ ਹੈ। ਤੁਸੀਂ ਇੱਕ ਗੱਲ ਦੇਖੋ, ਜਿਵੇਂ ਬਾਈ ਨੇ ਕਿਹਾ ਵੀ ਨਾ ਤਾਂ ਪਾਵਨ ਮੰਨੋ ਹਵਾ ਖਰਾਬ ਹੋਈ, ਨਾ ਆਪਣੀ ਧਰਤੀ ਮਾਤਾ ਖਰਾਬ ਹੋਈ, ਨਾ ਧਰਤੀ ਮਾਤਾ ਦੇ ਜਿਹੜੇ ਆ ਪੁੱਤ ਨੇ ਬਾਈ ਆਹ ਲੱਗੇ ਪੈਣੇ ਨਿੰਮਾਂ ਦੇ ਦਰਖਤ ਦੇਖ ਲਓ।
ਆਪਾਂ ਕਹਿੰਦੇ ਵੀ ਨਿੰਮ ਐਤਕੀ ਹਰੇ ਨਹੀਂ ਹੋ ਗਏ, ਇਹ ਪਿਛਲੇ ਸਾਲ ਵਾਲੇ ਨਿੰਮ ਨੇ ਬਾਈ? ਬਾਈ 3 ਸਾਲ ਹੋ ਗਏ, 3 ਸਾਲ ਹੋ ਗਏ। ਮੈਨੂੰ ਐਂ ਦੱਸ ਵੀ ਤੂੰ ਕਿੰਨਾ ਕੁ ਤਕੜਾ ਜ਼ਿਮੀਂਦਾਰ ਆ, ਤੇਰੇ ਕੋਲੇ ਕਿੰਨਿਆਂ ਕੁ ਜ਼ਮੀਨ ਵਾਹਣਾ ਘਰ ਦਾ? 4 ਕਿੱਲੇ ਨੇ ਬਾਈ ਮੇਰੇ ਕੋਲੇ। ਬਸ ਬਸ ਯਾਰ, ਲੋਕ ਤਾਂ ਕਮੈਂਟਾਂ 'ਚ ਐਂ ਕਹਿੰਦੇ ਵੀ ਇਹਦੇ ਕੋਲੇ ਵੱਡਾ 4x4 ਟਰੈਕਟਰ ਹੈ। ਨਹੀਂ, ਟਰੈਕਟਰ 4x4 ਹੀ ਆ। ਅੱਛਾ, ਟਰੈਕਟਰ 4x4 ਹੀ ਆ। ਟਰੈਕਟਰ ਆਪਦਾ? ਆਪਦਾ ਟਰੈਕਟਰ, ਆਪਣਾ ਟਰੈਕਟਰ 4x4 ਹੈਗਾ। ਟਰੈਕਟਰ 4 ਕਿੱਲੇ ਮੇਰੇ ਕੋਲੇ 4 ਹੀ ਨੇ। ਇਹ ਕੀ ਚੱਕਰ ਬਾਈ ਫਿਰ? ਦੂਜੇ ਤਾਂ ਬਾਈ 5-5, 6-6 ਕਿੱਲਿਆਂ ਵਾਲੇ ਵੀ ਰੋਈ ਜਾਂਦੇ, 7-7 ਕਿੱਲਿਆਂ ਵਾਲੇ ਵੀ ਰੋਈ ਜਾਂਦੇ ਹੈਗੇ ਬਾਈ। ਰੋਣੀ ਤਾਂ 25-25 ਕਿੱਲਿਆਂ ਵਾਲੇ ਵੀ ਰੋਂਦੇ ਨੇ, ਫਿਰ ਉਹ ਤਾਂ ਜੇ ਰੋਣਾ ਹੀ ਆ, ਹਾਂ ਗੱਲ ਹੀ ਵੱਖਰੀ ਆ। ਇਹਦੇ ਨਾਲ ਨਾਲ ਸੜਕ ਦੇ ਨਾਲ ਨਾਲ ਰਸਤਾ ਆਉਂਦਾ ਹਨਾ, ਤੇ ਬਾਈ ਦਾ ਜਿੱਥੇ ਖੇਤ ਆ ਗਿਆ ਉਹ ਪਰਲੇ ਪਾਸੇ ਵੀ ਇਹਦੇ ਮੱਥੇ ਦਰਖਤ ਲੱਗੇ ਵੇ ਆ, ਆਹ ਉਰਲੇ ਪਾਸੇ ਵੀ ਇਹਦੇ ਮੱਥੇ ਦੇਖੋ ਬਾਈ ਦਰਖਤ ਕਿੰਨੇ ਲੱਗੇ ਵੇ ਆ ਸਾਰੇ। ਮੈਂ ਕਹਿੰਦਾ ਵੀ ਇਹ 2 ਕਿੱਲੇ ਵਾਹੀ ਹੈਗੀ ਬਾਈ ਦੇ ਕੋਠੇ ਕੋਲੇ ਵੀ ਲੱਗੇ ਵੇ ਆ, ਤੇ ਨਾਲ ਹੀ ਬਾਈ ਇੱਧਰਲੇ ਪਾਸੇ ਫੇਰ ਇਸੇ ਤਰ੍ਹਾਂ ਫੇਰ ਉੱਥੋਂ ਜਿੱਥੋਂ ਬਾਈ ਦਾ ਵਾਹਣ ਖਤਮ ਹੋ ਗਿਆ ਉਦੋਂ ਅੱਗੇ ਬਾਈ ਦਰਖਤ ਫੇਰ ਘਟ ਗਏ ਹਨਾ। ਜਦੋਂ ਆਪਣੀਆਂ ਕਣਕਾਂ ਦੇ ਮਗਰ ਤਾਂ ਨਾਲ ਕੁਛ ਵੀ ਨਹੀਂ ਹੁੰਦਾ, ਬੰਦੇ ਉਹਨਾਂ ਨੂੰ ਵੀ ਅੱਗ ਲਾ ਦਿੰਦੇ ਉੱਥੇ ਬਾਈ। ਸਾਰਾ ਕਿਸਾਨ ਜ਼ਿੰਮੇਵਾਰ ਉਹ ਚੀਜ਼, ਉਸ ਦਾ ਸਾਰਾ ਕਿਸਾਨ ਜ਼ਿੰਮੇਵਾਰ ਇੱਥੇ ਆਹ ਪਰਾਲੀ ਦੇ ਵਿੱਚ ਕਿਸਾਨ ਜ਼ਿੰਮੇਵਾਰ ਘੱਟ ਆ, ਉੱਥੇ ਸਾਰਾ ਕਿਸਾਨ। ਜਦੋਂ ਆਪਾਂ ਕਣਕ ਦੇ ਨਾੜ ਨੂੰ ਅੱਗ ਲਾ ਦਿੰਦੇ ਦੋ ਚੀਜ਼ਾਂ ਦਾ ਨੁਕਸਾਨ ਹੁੰਦਾ। ਠੀਕ ਹੈ, ਉਦੋਂ ਜਿਹੜੀ ਅਸੀਂ ਅੱਗ ਲਾਉਣੇ ਆਂਗੇ, ਇੱਕ ਤਾਂ ਬਾਈ ਉਹ ਉਹਦਾ ਸੇਕ ਬਹੁਤ ਉੱਚਾ ਹੁੰਦਾ, ਉਹ ਦਰਖਤ ਨਹੀਂ ਛੱਡਦੀ ਕੋਈ। ਬਿਲਕੁਲ ਬਾਈ, ਫਿਰ ਰੱਬ ਕੁਦਰਤ ਰੁੱਸ ਜਾਂਦੀ ਆ ਬੰਦਿਆਂ ਨਾਲੋਂ ਹਨਾ। ਹਾਂ, ਜਦੋਂ ਜੇ ਕੁਦਰਤ ਤੁਹਾਡੇ ਨਾਲ ਰੁੱਸ ਗਈ ਫਿਰ ਤੁਹਾਡੇ ਕੋਲੇ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਦਿੰਦੇ। ਹਾਏ ਹਾਏ ਹਾਏ। ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿੱਲ, ਪਿੰਡ ਹਰੀਗੜ੍ਹ, ਜ਼ਿਲ੍ਹਾ ਬਰਨਾਲਾ। ਭਰਾਵੋ, ਕੱਲ੍ਹ ਨਾ ਆਪਾਂ ਬਾਈ ਇੱਕ ਰੀਲ ਪਾਈ ਤੀ ਜਿਹਦੇ ਵਿੱਚ ਬਾਈ ਨਿਰਮਲ ਸਿੰਘ ਦੁਲਟ ਖੜਾ ਮੇਰੇ ਨਾਲ ਇਹ ਬੋਲੀ ਜਾਂਦਾ ਸੀਗਾ, ਤੇ ਆਹ ਇਹਨੇ ਵਾਹਣ ਦਿਖਾਇਆ ਸੀਗਾ ਜਿਹਦੇ ਵਿੱਚ ਇਹਦਾ ਇੱਕ ਝੋਨਾ ਲੱਗਿਆ ਹੋਇਆ ਸੀਗਾ। ਉਹ ਵਰਾਇਟੀ ਬਾਰੇ ਵੀ ਗੱਲ ਕਰਾਂਗੇ। ਇਹ ਬਾਈ ਕਹੀ ਜਾਂਦਾ ਸੀ, ਕਹਿੰਦਾ ਵੀ ਜਿਹਨੇ ਪਰਾਲੀ ਸਾਂਭਣੀ ਆ ਨਾ ਬੰਦਾ ਸਾਂਭ ਹੀ ਲੈਂਦਾ, ਅਤੇ ਵੀ ਜਿਹਨੇ ਅੱਗ ਲਾਉਣੀ ਆ ਉਈ ਬੰਦਾ ਅੱਗ ਲਾਈ ਦਿੰਦਾ ਹੈ ਨਾ। ਆਪਾਂ ਨਿਰਮਲ ਨਾਲ ਗੱਲ ਕਰਾਂਗੇ। ਉਦੋਂ ਪਹਿਲਾਂ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਉੱਥੋਂ ਲੈ ਕੇ ਤੁਸੀਂ ਐਂ ਲਾ ਲਓ ਵੀ ਬਾਈ ਇਹਦੇ ਨਾਲ ਨਾਲ ਸੜਕ ਦੇ ਨਾਲ ਨਾਲ ਰਸਤਾ ਆਉਂਦਾ ਹੈ ਨਾ, ਅਤੇ ਬਾਈ ਦਾ ਜਿੱਥੇ ਖੇਤ ਆ ਗਿਆ ਉਹ ਪਰਲੇ ਪਾਸੇ ਵੀ ਇਹਦੇ ਮੱਥੇ ਦਰਖਤ ਲੱਗੇ ਵੇ ਆ, ਆਹ ਉਰਲੇ ਪਾਸੇ ਵੀ ਇਹਦੇ ਮੱਥੇ ਦੇਖੋ ਬਾਈ ਦਰਖਤ ਕਿੰਨੇ ਲੱਗੇ ਵੇ ਆ ਸਾਰੇ। ਮੈਂ ਕਹਿੰਦਾ ਵੀ ਇਹ 2 ਕਿੱਲੇ ਵਾਹੀ ਹੈਗੀ ਬਾਈ ਦੇ ਕੋਠੇ ਕੋਲੇ ਵੀ ਲੱਗੇ ਵੇ ਆ, ਅਤੇ ਨਾਲ ਹੀ ਬਾਈ ਇੱਧਰਲੇ ਪਾਸੇ ਫੇਰ ਇਸੇ ਤਰ੍ਹਾਂ ਫੇਰ ਉੱਥੋਂ ਜਿੱਥੋਂ ਬਾਈ ਦਾ ਵਾਹਣ ਖਤਮ ਹੋ ਗਿਆ ਉਦੋਂ ਅੱਗੇ ਬਾਈ ਦਰਖਤ ਫੇਰ ਘਟ ਗਏ ਹੈ ਨਾ, ਜਿਹੜੇ ਨਵੇਂ ਦਰਖਤ ਹੁੰਦੇ ਨੇਗੇ। ਅਤੇ ਨਿਰਮਲ ਬਾਈ ਸਵਾਗਤ ਆ ਤੁਹਾਡਾ ਵੀਡੀਓ ਦੇ ਵਿੱਚ ਬਾਈ। ਸਤਿ ਸ਼੍ਰੀ ਅਕਾਲ ਬਾਈ ਸੁੱਖੀ, ਤੂੰ ਆਪਣੇ ਖੇਤ ਆਇਆ, ਤੇਰਾ ਸ਼ੁਕਰੀਆ, ਤਹਿ ਦਿਲੋਂ ਧੰਨਵਾਦ। ਹੋਰ ਠੀਕ ਆ, ਚੜ੍ਹਦੀ ਕਲਾ ਬਾਈ? ਚੜ੍ਹਦੀ ਕਲਾ, ਚੜ੍ਹਦੀ ਕਲਾ। ਖੇਤ ਤਾਂ ਬਾਈ ਮੈਨੂੰ ਤਾਂ ਆਉਣਾ ਪੈ ਗਿਆ, ਤੇਰੇ ਮੇਰੀ ਮਜਬੂਰੀ ਬਣ ਗਈ, ਮੈਂ ਤੇਰੀ ਰੀਲ ਤਾਂ ਪਾਤੀ। ਠੀਕ ਆ, ਤੂੰ ਕਹਿੰਦਾ ਵੀ ਪਰਾਲੀ ਸਾਂਭਣੀ ਆ, ਪਰਾਲੀ ਸਾਂਭਣੀ, ਲੋਕ ਕਹਿੰਦੇ ਵੀ ਤਕੜਾ ਬੰਦਾ ਤਾਂ ਕਰ ਲਓ ਵੀ ਮਾੜਾ ਕਿੱਥੋਂ ਕਰੂ। ਮੈਨੂੰ ਐਂ ਦੱਸ ਵੀ ਤੂੰ ਕਿੰਨਾ ਕੁ ਤਕੜਾ ਜ਼ਿਮੀਂਦਾਰ ਆ, ਤੇਰੇ ਕੋਲੇ ਕਿੰਨਿਆਂ ਕੁ ਜ਼ਮੀਨ ਵਾਹਣਾ ਘਰ ਦਾ? 4 ਕਿੱਲੇ ਨੇ ਬਾਈ ਮੇਰੇ ਕੋਲੇ। ਬਸ ਬਸ ਯਾਰ, ਲੋਕ ਤਾਂ ਕਮੈਂਟਾਂ 'ਚ ਐਂ ਕਹਿੰਦੇ ਵੀ ਇਹਦੇ ਕੋਲੇ ਵੱਡਾ 4x4 ਟਰੈਕਟਰ ਹੈ। ਨਹੀਂ, ਟਰੈਕਟਰ 4x4 ਹੀ ਆ। ਅੱਛਾ, ਟਰੈਕਟਰ 4x4 ਹੀ ਆ। ਟਰੈਕਟਰ ਆਪਦਾ? ਆਪਦਾ ਟਰੈਕਟਰ, ਆਪਣਾ ਟਰੈਕਟਰ 4x4 ਹੈਗਾ। ਟਰੈਕਟਰ 4 ਕਿੱਲੇ ਮੇਰੇ ਕੋਲੇ 4 ਹੀ ਨੇ। ਇਹ ਕੀ ਚੱਕਰ ਬਾਈ ਫਿਰ? ਦੂਜੇ ਤਾਂ ਬਾਈ 5-5, 6-6 ਕਿੱਲਿਆਂ ਵਾਲੇ ਵੀ ਰੋਈ ਜਾਂਦੇ, 7-7 ਕਿੱਲਿਆਂ ਵਾਲੇ ਵੀ ਰੋਈ ਜਾਂਦੇ ਹੈਗੇ ਬਾਈ। ਰੋਣੀ ਤਾਂ 25-25 ਕਿੱਲਿਆਂ ਵਾਲੇ ਵੀ ਰੋਂਦੇ ਨੇ, ਫਿਰ ਉਹ ਤਾਂ ਜੇ ਰੋਣਾ ਹੀ ਆ, ਹਾਂ ਗੱਲ ਹੀ ਵੱਖਰੀ ਆ। ਜਿਵੇਂ ਹੁਣ ਆਪਾਂ ਮੰਨ ਲਾ ਵੀ ਆਪਾਂ ਪਹਿਲਾਂ 18 'ਚ ਨਵਾਂ ਲੈਤਾ, ਹਾਂ, ਫਿਰ 21-ਚ ਨਵਾਂ ਲੈਤਾ, ਅੱਛਾ, ਫਿਰ ਹੁਣ 24-ਚ ਨਵਾਂ ਲੈਤਾ, 2-3 ਸਾਲ ਹੀ ਚਲਾਉਣਾ ਟਰੈਕਟਰ, ਮੈਂ 2 ਸਾਲ ਟਰੈਡ ਚਲਾਉਣਾ। ਇਹ ਕੀ ਚੱਕਰ ਬਾਈ? ਬਾਈ ਜਦੋਂ ਐਂ ਲੱਗਦਾ ਵੀ ਟਾਇਰ ਵੀ ਗਏ ਵੀ ਰਿਪੇਅਰ ਵੀ ਮੰਗੂਗਾ, ਉਹਦੇ ਵਿੱਚ ਘਟਾ ਦੇਈਂਦਾ। ਠੀਕ ਹੈ, ਪਰ 2-3 ਲੱਖ ਹੋਰ ਪਾ ਕੇ ਨਵਾਂ ਲੈ ਲੈਂਦੇ ਆ। ਠੀਕ ਹੈ, ਵੀ ਉਹੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਹੜਾ ਮਾੜਾ ਸੰਦ ਆ ਉਹ ਬੰਦੇ ਨੂੰ ਖਾ ਜਾਂਦਾ, ਰਿਪੇਅਰਾਂ ਦਾ ਟਾਇਰਾਂ ਦਾ ਖਰਚਾ ਇੰਨਾ ਪੈ ਜਾਂਦਾ ਹਨਾ, ਉਨੇ ਕੁ ਤੂੰ ਰੁਪਏ ਵਿੱਚ ਪਾ ਕੇ। ਇੱਥੇ ਬਹੁਤੇ ਬੰਦੇ ਕਹਿਣਗੇ ਵੀ ਆਹ ਵੀਡੀਓ 'ਚ ਯਾਰ ਤੂੰ ਆਪਦੀ ਬਿੜਾਈ ਕਰਦਾ। ਹਾਂ, ਇਹ ਮੈਂ ਬਿੜਾਈ ਨਹੀਂ ਕਰਦਾ। ਠੀਕ ਹੈ, ਇਹ ਹਕੀਕਤ ਪਤਾ ਕੀ ਹੈ? ਇਧਰਲੇ ਪਾਸੇ ਨੂੰ ਹੋ ਕੇ ਰਹਿ ਬਈ, ਜੇ ਜਦੋਂ ਆਪਾਂ ਕੁਦਰਤ ਦੇ ਨਾਲ ਜੁੜਦੇ ਆ, ਹਾਂ, ਕੁਦਰਤ ਇੱਕ ਰੱਬ ਆ,
ਜਿਹੜੀ ਪਵਨ ਆ ਉਹਨੂੰ ਵੀ ਨੀ ਖਰਾਬ ਹੋਣ ਦਿੱਤਾ, ਬਿਲਕੁਲ ਠੀਕ ਹੈ ਨਾ। ਜਦੋਂ ਸਾਡੀ ਹਵਾ ਨੀ ਖਰਾਬ ਹੋਈ, ਅਸੀਂ ਵਾਕ ਵੀ ਪੜ੍ਹ ਲਿਆ, ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰੇ ਵੀ ਜਾਂਦੇ ਆ, ਪਰ ਅਸੀਂ ਉਹਦੇ ਜਿਹੜਾ ਦੱਸਿਆ ਹੋਇਆ ਰਾਹ ਉਹ ਤੇ ਅਸੀਂ ਚੱਲਦੇ ਨੀ, ਉਹ ਤੇ ਚੱਲਦੇ ਨੀ। ਜਦੋਂ ਤੁਸੀਂ ਕੁਦਰਤ ਵੱਲ ਇੱਕ ਪੈਰ ਚੱਕਦੇ ਹੋ, ਤੁਹਾਡੇ ਵੱਲ ਹਜ਼ਾਰ ਚੱਕਦੀ ਆ। ਜਾਉਂਦੀ ਯਾਰ ਕੀ ਭੈਣ ਦੇ ਯਾਰ, ਮੈਨੂੰ ਐਂ ਲੱਗਦਾ ਬਈ ਐਂ ਨੀ ਪਤਾ ਕੁਦਰਤ ਤੁਹਾਨੂੰ ਕੀ ਦੇ ਦੇ ਕੀ ਦੇ ਦੇ। ਇਹ ਤਾਂ ਟਰੈਕਟਰ ਆ ਇੱਕ, ਸਹੀ ਗੱਲ ਹੈ, ਇਹ ਤਾਂ ਟਰੈਕਟਰ ਆ, ਤੁਸੀਂ ਉਹਦੇ ਵੱਲ ਇੱਕ ਕਦਮ ਚੁੱਕੋ, ਤੁਹਾਡੇ ਵੱਲ ਹਜ਼ਾਰ ਕਦਮ ਚੁੱਕੋ। ਸਹੀ ਗੱਲ ਹੈ ਬਈ, ਜਜ਼ਬਾ ਹੈਗਾ ਵੀ ਹਾਂ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਹ ਕੰਮ ਅਸੀਂ ਕਰਨਾ, ਇਹ ਤਾਂ ਗੱਲ ਹੀ ਕੁਛ ਨਹੀਂ, ਫਿਰ ਰੱਬ ਭੰਡਾਰੇ ਖੋਲ ਦਿੰਦਾ। ਬਿਲਕੁਲ ਬਾਈ, ਗੱਲ ਜਜ਼ਬੇ ਵਾਲੀ ਆ। ਬਾਈ ਨੇ ਕੱਲ ਵੀਡੀਓ ਦੇ ਵਿੱਚ ਦੋ ਤਿੰਨ ਵਾਰੀ ਕਿਹਾ ਕਹਿੰਦਾ ਜਜ਼ਬਾ ਹੋਣਾ ਚਾਹੀਦਾ ਉਹ ਹੈਗਾ। ਵਿੱਚ ਕਮੈਂਟਾਂ ਦੇ ਵਿੱਚ ਸਾਡੇ ਫੇਸਬੁੱਕੀ ਵਿਦਵਾਨ ਕਹਿੰਦੇ ਬਾਈ ਤੇਰਾ ਜਜ਼ਬਾ ਤਾਂ ਟਰੈਕਟਰ ਦੇਖ ਕੇ ਪਤਾ ਲੱਗ ਗਿਆ ਵੀ ਵੱਡਾ ਟਰੈਕਟਰ ਹੈ। ਤੁਸੀਂ ਇੱਕ ਗੱਲ ਦੇਖੋ, ਜਿਵੇਂ ਬਾਈ ਨੇ ਕਿਹਾ ਵੀ ਨਾ ਤਾਂ ਪਾਵਨ ਮੰਨੋ ਹਵਾ ਖਰਾਬ ਹੋਈ, ਨਾ ਆਪਣੀ ਧਰਤੀ ਮਾਤਾ ਖਰਾਬ ਹੋਈ, ਨਾ ਧਰਤੀ ਮਾਤਾ ਦੇ ਜਿਹੜੇ ਆ ਪੁੱਤ ਨੇ ਬਾਈ ਆਹ ਲੱਗੇ ਪੈਣੇ ਨਿੰਮਾਂ ਦੇ ਦਰਖਤ ਦੇਖ ਲਓ। ਆਪਾਂ ਕਹਿੰਦੇ ਵੀ ਨਿੰਮ ਐਤਕੀ ਹਰੇ ਨਹੀਂ ਹੋ ਗਏ, ਇਹ ਪਿਛਲੇ ਸਾਲ ਵਾਲੇ ਨਿੰਮ ਨੇ ਬਾਈ, ਬਾਈ 3 ਸਾਲ ਹੋ ਗਏ, 3 ਸਾਲ ਹੋ ਗਏ। ਆਹ ਦੇਖ ਲਓ ਬਾਈ, ਸਾਰੇ ਨਿੰਮ ਬਾਈ ਦੇ ਐਂ ਖੜੇ ਨੇਗੇ ਪੂਰੇ ਟੋਪੋ ਟੋਪ। ਤੇ ਬਾਈ ਅੱਗ ਲਾਉਣੀ, ਮੈਂ ਤਾਂ ਸੁਣਿਆ ਵੀ ਤੂੰ ਕਦੇ ਵੀ ਨੀ ਅੱਗ ਲਾਈ ਪਿੰਡ ਵਾਲਾ ਬੰਦਾ। ਆਪਾਂ ਤਾਂ 2011 ਤੋਂ ਅੱਗ ਨਹੀਂ ਲਾਈ ਆਪਦੀ ਜ਼ਮੀਨ 'ਚ। 2011 ਤੋਂ ਕਿੰਨਾ ਬੰਦ ਆਪਦੇ ਘਰ ਦੇ 4 ਕਿੱਲਿਆਂ ਦੇ ਵਿੱਚ ਜਿਹੜਾ ਠੇਕੇ ਘਰ ਦੇ ਕਿੱਲੇ 4 ਹੀ ਨੇ ਬਾਈ। ਅੱਛਾ, ਮੇਰੇ ਕੋਲੇ 10-15 ਕਿੱਲੇ ਠੇਕੇ ਤੇ ਹੁੰਦੇ ਨੇ। ਠੀਕ ਹੈ, ਉਹਨਾਂ ਵਿੱਚ ਵੀ ਨਹੀਂ ਲਾਉਂਦੇ? ਨਹੀਂ ਠੇਕੇ ਵਾਲੀ ਜ਼ਮੀਨ 'ਚ ਵੀ ਲਾਉਂਦੇ, ਠੇਕੇ ਵਾਲੀ ਜ਼ਮੀਨ ਲਾਉਂਦੇ? ਵਾਓ ਬਾਈ, ਹੁਣ ਆਹ ਦੇਖ ਲਓ ਬਾਈ, ਬਾਈ ਨੇ ਕੱਲ੍ਹ ਸੁਪਰ ਸੀਡਰ ਦੇ ਨਾਲ ਬਾਈ ਇਹਨੂੰ ਸਾਰੇ ਨੂੰ ਜਮ੍ਹਾਂ ਮਲੀਆ ਮੇਟ ਕਰਤਾ, ਤੇ ਹੁਣ ਬਾਈ ਇਹਦੇ ਵਿੱਚ ਕੀ ਕਰੋਗੇ, ਪਾਣੀ ਲਾਓਗੇ ਜਾਂ ਕਿਵੇਂ? ਹਾਂ ਬਾਈ, ਰੌਣੀ ਕਰਾਂਗੇ, ਇਹ 'ਚ ਕਣਕ ਬੀਜਾਂਗੇ ਆਪਾਂ। ਅੱਛਾ, ਰੌਣੀ ਕਰਾਂਗੇ, ਹੋਰ ਵੀ ਉਦੋਂ ਤੱਕ ਸਾਰਾ ਇਹ ਗਲ ਜੂਗਾ। ਹਾਂ, ਆਪਣੀ ਜਿਹੜੀ ਖੇਤੀ ਆ ਉਹ ਸੀਡ ਵਾਲੀ ਹੋਈ ਆ। ਠੀਕ ਹੈ, ਵੀ ਉਦੋਂ ਗਲਜੂ ਚੰਗੀ ਤਰ੍ਹਾਂ ਨਦੀਨ ਹਰੇ ਹੋ ਜਾਣਗੇ, ਨਦੀਨਾਂ ਵਾਲੀ ਸਪਰੇ ਹੁੰਦੀ ਹੈ ਜਿਹੜੀ, ਉਹ ਕਣਕ ਦੇ ਝਾੜ ਤੇ ਬਹੁਤ ਵੱਡਾ ਅਸਰ ਪਾਉਂਦੀ। ਠੀਕ ਹੈ, ਵੀ ਜਿਹੜੇ ਨਦੀਨ ਕੇ ਹਰੇ ਹੋ ਗਏ ਹਰੇ ਕਰਕੇ ਬਾ ਦੋਗੇ ਆਪਾਂ 24-25 ਅਕਤੂਬਰ ਤੋਂ ਬਾਅਦ ਬੀਜਾਂਗੇ ਉਦੋਂ ਤੱਕ। ਠੀਕ ਹੈ ਬਾਈ, ਜੇ ਹੁਣ ਆਪਾਂ ਗੱਲ ਕਰੀਏ, ਮੰਨ ਲਾ ਵੀ ਜਿਵੇਂ ਸੋਡੀ ਦਾ ਆਪਾਂ ਕਹੀਏ ਵੀ ਸਮਝ ਵਾਲਾ ਜਿਹੜਾ ਲੈਵਲ ਆ ਉਹੀ ਵਧੀਆ ਹਨਾ, ਜਿਹੜਾ ਬੰਦਾ 2011 ਤੋਂ ਅੱਗ ਨਹੀਂ ਲਾ ਰਿਹਾ ਤੇ ਆਪਦੀ ਮਿਹਨਤ ਦੇ ਸਦਕਾ ਠੇਕੇ ਦੇ ਵਾਹਨ ਲੈ ਕੇ ਵੀ ਕਰਦਾ ਹਨਾ, ਤੇ ਅੱਗ ਵੀ ਨਹੀਂ ਲਾਉਂਦਾ, ਟਰੈਕਟਰ ਵੀ ਦੂਜੇ ਤੀਜੇ ਸਾਲ ਵੀ ਨਵਾਂ ਲੈ ਲੈਂਦਾ, ਜਿਹੜੇ ਆਮ ਆਪਣੇ ਮਹਾਤੜ ਬੰਦੇ ਨੇ ਰੋਈ ਜਾਂਦੇ ਨੇ ਕਹਿੰਦੇ ਖੇਤੀ ਦਾ ਕਰੀਏ ਕੀ, ਪਰਾਲੀ ਦਾ ਕੀ ਹੱਲ ਕਰੀਏ, ਪਰਾਲੀ ਦਾ ਕੀ ਹੱਲ ਹੋ ਸਕਦਾ ਤੇਰੇ ਹਿਸਾਬ ਨਾਲ? ਹੱਲ ਸਭ ਤੋਂ ਪਹਿਲਾਂ ਤਾਂ ਬਾਈ ਸਰਕਾਰ ਨਹੀਂ ਚਾਹੁੰਦੀ ਹੈਗੀ ਵੀ ਅਸੀਂ ਅੱਗ ਬੰਦ ਕਰੀਏ ਪੰਜਾਬ 'ਚ। ਅੱਛਾ, ਕੋਈ ਵੀ ਆ ਜੇ, ਕੈਪਟਨ ਸਰਕਾਰ ਦੇ ਵਿੱਚ, ਬਾਦਲ ਸਰਕਾਰ ਦੇ ਵਿੱਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਮਹਿਕਮੇ ਨਾਲ ਗਿਆ ਹੋਇਆ ਮੈਂ। ਅੱਛਾ, ਉੱਥੇ ਤੱਕ ਮੀਟਿੰਗਾਂ ਹੋਈਆਂ ਨੇ? 3 ਪੇਸ਼ੀਆਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਵੀ ਭੁਗਤੀਆਂ ਹੋਈਆਂ ਨੇ ਮੈਂ, ਪੰਜਾਬ ਸਰਕਾਰ ਦੇ ਹੱਕ 'ਚ, ਕੈਪਟਨ ਸਰਕਾਰ ਦੇ 'ਚ, ਬਾਦਲ ਦੇ 'ਚ। ਅੱਛਾ, ਲੇਕਿਨ ਸਰਕਾਰਾਂ ਨਹੀਂ ਚਾਹੁੰਦੀਆਂ। ਉਹਦੇ ਵਿੱਚ ਕੀ ਹੁੰਦਾ ਜੀ, ਆਪਾਂ ਮੜਾ ਕਰ ਲਈਏ ਗੱਲ, ਕਈ ਵਾਰ ਬੰਦੇ ਕਹਿਣਗੇ ਵੀ ਯਾਰ ਕੀ ਪੇਸ਼ੀਆਂ ਤੇ ਮੀਟਿੰਗਾਂ? ਉੱਥੇ ਨਾ ਬਾਈ ਮੰਨ ਕੇ ਚੱਲੋ ਵੀ ਪੰਜਾਬ 'ਚ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਜਿਹੜਾ, ਉਹ ਕੋਰਟ ਇੱਕ ਪ੍ਰਦੂਸ਼ਣ ਦਾ ਹੀ ਆ ਹਨਾ। ਬਿਲਕੁਲ ਬਿਲਕੁਲ, ਠੀਕ ਹੈ ਨਾ। ਉਹ ਉੱਥੇ ਦਿੱਲੀ ਸਰਕਾਰ ਨੇ ਸ਼ਿਕਾਇਤ ਕਰਤੀ ਪੰਜਾਬ ਦੇ ਖਿਲਾਫ, ਹਾਂ, ਜਦੋਂ ਕਹਿੰਦੀ ਧੂੰਆਂ ਦਿੱਲੀ ਵੱਗ ਗਿਆ, ਹਾਂ ਵੀ ਦਿੱਲੀ ਵੱਗ ਗਿਆ, ਤੇ ਕੋਰਟ ਨੇ ਐਗਰੀਕਲਚਰ ਡਿਪਾਰਟਮੈਂਟ ਨੂੰ ਖਿੱਚ ਲਿਆ ਵੀ ਤੁਸੀਂ ਇਹਦਾ ਕੀ ਕਰਦੇ ਹੋ। ਹਾਂ, ਉੱਥੇ ਫਿਰ ਅਸੀਂ ਮੰਗ ਰੱਖੀ ਸੀ, ਜਿਹੜੀਆਂ ਸਬਸਿਡੀਆਂ ਆਈਆਂ ਨੇ ਨਾ, ਛੋਟਾ ਮੂੰਹ ਵੱਡੀ ਗੱਲ ਕਰਦਾ। ਅੱਛਾ, ਇਹ ਉਹ ਉੱਥੇ ਜੱਜ ਹੁੰਦੇ ਸੁਤੰਤਰ ਕੁਮਾਰ, ਇਹ ਉਹਨਾਂ ਦੀ ਬਦੌਲਤ ਅੱਜ ਪੰਜਾਬ ਦੇ ਵਿੱਚ ਜਿਹੜੀ ਇੱਕ ਇੰਡਸਟਰੀ ਦੇ ਵਿੱਚ 5 ਮੋਟਰਸਾਈਕਲ ਖੜਦੇ ਜਿਹਨੇ, ਉੱਥੇ ਹਜ਼ਾਰ ਮੋਟਰਸਾਈਕਲ ਖੜਨ ਲੱਗ ਗਿਆ। ਵੀ ਜਿਹੜੇ ਇਹ ਸਬਸਿਡੀ ਵਾਲੇ ਗਰੁੱਪ ਬਣ ਲੱਗੇ ਨੇ ਕਿ ਕੈਪਟਨ ਵੇਲੇ ਸ਼ੁਰੂ ਹੋਏ ਨੇ, ਜੱਜ ਹੁੰਦੇ ਉੱਥੇ ਸੁਤੰਤਰ ਕੁਮਾਰ। ਅੱਛਾ, ਇਹ ਉਹਨਾਂ ਦੀ ਬਦੌਲਤ ਆ। ਜਦੋਂ ਮਹਿਕਮੇ ਨੇ ਪੈਸਾ ਮੰਗਿਆ ਵੀ ਮਸ਼ੀਨਰੀ ਇੰਨੀ ਚਾਹੀਦੀ ਆ, ਡਾਟਾ ਮੂਹਰੇ ਧਰਿਆ ਜੱਜ ਦੇ, ਤੇ ਜੱਜ ਵੀ ਪੰਜਾਬ ਗੌਰਮੈਂਟ ਕੋਲ ਐਡਾ ਬਜਟ ਨਹੀਂ, ਫਿਰ ਸੈਂਟਰ ਗੌਰਮੈਂਟ ਨੂੰ ਖਿੱਚਿਆ, ਤਾਂ ਇਹ CRM ਸਕੀਮ ਬਣੀ। ਅੱਛਾ,
ਜਿਹੜੇ ਅੱਜ ਆ ਗਰੁੱਪ ਬਣ ਕੇ ਹੋ ਹੁੰਦੇ ਆ ਬਣ ਕੇ ਉੱਥੋਂ ਚੱਲਿਆ ਇਹ 18 ਦੇ 18 17 ਦੇ ਵਿੱਚ ਪੇਸ਼ੀ ਦੀ 18 ਚ ਇਹ ਪਹਿਲਾ ਪਹਿਲਾ ਪੜਾ 18 ਦੇ ਸ਼ੁਰੂ ਹੋ ਗਿਆ ਸੀਗਾ। ਠੀਕ ਹੈ, ਮੈਂ ਤਾਂ ਕਹਿਣਾ ਫਿਰ ਬਈ ਇਹ ਤੁਸੀਂ ਵਧੀਆ ਸਕੀਮ ਕਰੀ, ਇਹਦੇ ਨਾਲ ਕਿਤੇ ਨਾ ਕਿਤੇ ਸਾਡੇ ਵਰਗੇ ਯੂਟਿਊਬਰਾਂ ਦੀ ਵੀ ਰੋਟੀ ਚੱਲਦੀ ਆ, ਕੰਪਨੀ ਵਾਲੇ ਬੁਲਾਉਂਦੇ ਨੇ ਵੀ ਬਈ ਆ ਸੁਪਰ ਸੀਡਰ ਦੀ ਮਸ਼ਹੂਰੀ ਕਰ ਦੋ ਆ ਹੋਰ, ਪਰ ਉਹ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਹੁਣ ਵੀ ਉਹ ਗੱਲਾਂ ਤੋਂ ਦੇਖ ਕੇ ਜਿਹੜਾ ਇੰਨਾ ਪੁਰਾਣਾ ਅਸੀਂ ਜੁੜੇ ਆਂਗੇ ਵੀ ਕਿਤੇ ਨਾ ਕਿਤੇ ਉਹ ਫੈਸਲਾ ਗਲਤ ਹੋਇਆ। ਕਾਰਨ ਕੀ? ਮੰਨ ਕੇ ਚੱਲੋ ਬਈ ਇੰਨਾ ਰੁਪਈਆ ਗਵਰਨਮੈਂਟ ਨੇ ਸਬਸਿਡੀਆਂ ਤੇ ਧੱਕਤਾ ਹਨਾ, ਪਰ ਜਿਹੜਾ ਰਿਜ਼ਲਟ ਆ ਉਹ ਜ਼ੀਰੋ ਆ, ਰਿਜ਼ਲਟ ਜ਼ੀਰੋ ਆ, ਪਰ ਕੰਪਨੀਆਂ ਬਣ ਗਈਆਂ, ਸਾਡੇ ਵਰਗੇ ਯੂਟਿਊਬਰ ਬਣ ਕੇ ਲੈ ਕੇ ਲੱਖਾਂ ਲੱਖਾਂ ਰੁਪਈਆ ਕੰਪਨੀਆਂ ਤੋਂ। ਉਹੀ ਪੈਸਾ ਜੇ ਆਪਾਂ ਸਿੱਧਾ ਕਿਸਾਨ ਨੂੰ ਕਹਿੰਦੇ ਵੀ ਤੂੰ 10 ਕਿੱਲੇ ਹੀ ਸਾਂਭਣਾ, ਤੈਨੂੰ ਅਸੀਂ 20 ਰੁਪਏ ਕੁਇੰਟਲ ਜਾਂ 10 ਰੁਪਏ ਕੁਇੰਟਲ ਬਾਉਣ ਦਿੰਦੇ ਹਾਂ, ਤੂੰ ਸਾਂਭ ਮੈਨੂੰ। ਠੀਕ ਹੈ, ਇਹ ਸਮਝ ਆਉਂਦੀ ਹੁਣ ਤੱਕ, ਮਤਲਬ ਕਿਸਾਨ ਸਰਕਾਰ ਇਹੀ ਹੱਲ ਕਰ ਸਕਦੀ ਆ। ਹਾਂ, ਸਭ ਤੋਂ ਵਧੀਆ ਫਿਰ ਜੇ ਨਹੀਂ ਕੁਛ ਕਰਨਾ ਤਾਂ ਸਰਕਾਰ ਆਪਦੇ ਘਰੋਂ ਸ਼ੁਰੂ ਕਰੇ। ਅੱਛਾ, ਮੈਂ ਅੱਜ ਕਹਿਣਾ ਬਈ ਅੱਗ ਨਾ ਲਾਓ, ਅਸੀਂ ਸ਼ੁਰੂ ਤਾਂ ਕਰਿਆ ਨਾ, ਸਾਡਾ ਪ੍ਰੈਕਟੀਕਲ ਤਾਂ ਦੇਖ ਲਿਆ ਨਾ। ਬਿਲਕੁਲ, ਜੇ ਅਸੀਂ ਕਹੀਏ ਜੀ ਬਈ ਤੁਸੀਂ ਅੱਗ ਨਾ ਲਾਓ ਯਾਰ, ਅਸੀਂ ਆਪਦੇ ਖੇਤ ਅੱਗ ਲਾ ਲਈਏ, ਸਰਕਾਰ ਕਹਿੰਦੀ ਆ ਵੀ ਅਸੀਂ ਰੈੱਡ ਲਾਈਨਾਂ ਮਾਰ ਦਾਂਗੇ। ਜੇ ਰੈੱਡ ਲਾਈਨ ਮਾਰਨੀ ਆ ਭਗਵੰਤ ਮਾਨ ਨੇ ਤਾਂ ਆਪਦੇ MLA ਦੇ ਮਾਰੇ, ਜਿਹੜਾ ਵਾਹਣ ਦੇ ਕੇ ਠੇਕੇ ਤੇ ਸਿਆਸਤ ਕਰਦਾ ਫਿਰਦਾ ਲੋਕਾਂ ਨਾਲ। ਸਹੀ ਗੱਲ ਹੈ, ਹੈਂ ਰੈੱਡ ਲਾਈਨ ਮਾਰਨੀ ਆ ਇੱਕ ਪਟਵਾਰੀ ਦੇ ਮਾਰੇ 20 ਕਿੱਲੇ 50 ਦੇ ਕੇ ਠੇਕੇ ਤੇ, ਆਪ 1 ਲੱਖ ਰੁਪਇਆ ਤਨਖਾਹ ਲੈਂਦਾ, 1 ਲੱਖ ਰੁਪਇਆ ਉੱਤੋਂ ਬਣਦਾ। ਸਹੀ ਗੱਲ ਹੈ, ਜੇ ਰੈੱਡ ਲਾਈਨ ਮਾਰਨੀ ਆ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਮਾਰੇ, ਜਿੱਥੇ ਰੋਜ਼ ਸਲੋਕ ਵੀ ਪੜਿਆ ਜਾਂਦਾ ਤਾਂ ਲੈ ਕੇ ਠੇਕਾ ਉਹ ਜਾਂਦੇ ਨੇ ਜ਼ਮੀਨਾਂ ਦਾ, ਕਿਸਾਨ ਨੂੰ ਕੀ ਦਿੰਦੇ ਨੇ? ਬਿਲਕੁਲ, ਇੱਕ ਮੰਨ ਕੇ ਚੱਲੋ ਜੀ ਨਿਹਾਲ ਸਿੰਘ ਵਾਲੇ ਦੇ ਨੇੜੇ ਇੱਕ ਮਾਸਟਰ ਹੈਗਾ, ਉਦਾਹਰਣ ਦਿੰਦਾ ਮੈਂ ਤੁਹਾਨੂੰ। ਠੀਕ ਹੈ, ਉਹ ਬਾਈ ਉਹਦਾ ਵਾਹਣ ਚੜ ਗਿਆ 75,000 ਨੂੰ। ਠੀਕ ਹੈ, ਉਹ ਬੰਦੇ ਨੂੰ ਕਹਿੰਦਾ ਜੀ ਮੈਂ ਤੈਨੂੰ ਅਗਲੀ ਕਿਸ਼ਤ ਦੇ ਵਿੱਚ 3,000 ਰੁਪਇਆ ਕਿੱਲਾ ਛੱਡ ਦੂੰ, 70,000 ਲਊਂਗਾ, ਪਰ ਮੇਰੇ ਵਾਹਣ 'ਚ ਤਾਂ ਅੱਗ ਨਹੀਂ ਲਾਉਣੀ। ਜ਼ਿਮੀਂਦਾਰ ਨੇ ਖੁਸ਼ ਹੋ ਕੇ ਕਹਿਤਾ, ਕਹਿੰਦਾ ਮੈਨੂੰ 3,000 ਬਚਦਾ ਮੈਂ ਕਿਉਂ ਲਾਊਂਗਾ। ਸਹੀ ਗੱਲ ਹੈ, ਹੈਂ ਬਿਲਕੁਲ, ਜਿਹੜੇ ਧਰਤੀ ਤੇ ਸਾਹ ਲੈਂਦੇ ਆ ਜ਼ਮੀਨਾਂ ਦੇ ਮਾਲਕ ਨੇ, ਜੇ ਉਹਨਾਂ ਫਰਜ਼ ਇਕੱਲੇ ਕਿਸਾਨ ਦਾ ਥੋੜ੍ਹੀ ਆ ਵੀ ਤੂੰ ਆ ਰੋਕਣਾਗਾ, ਉਹ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਦਾ ਵੀ ਹੱਕ ਆ। ਇੱਕ ਅਰਜ਼ੀ ਕੋਲੇ 100 ਕਿੱਲਾ ਬਾਣ ਦਾ ਠੇਕੇ ਦਿੰਦਾ ਉਹਨੂੰ ਤਾਂ ਅੱਜ ਤੱਕ ਸਰਕਾਰ ਨੇ ਕਿਹਾ ਨਹੀਂ ਵੀ ਤੇਰਾ ਅਸੀਂ ਲਾਇਸੈਂਸ ਕੈਂਸਲ ਕਰ ਦਾਂਗੇ। ਸਹੀ ਗੱਲ ਹੈ, ਜ਼ਿਮੀਂਦਾਰ ਨੂੰ ਕਹਿਤਾ ਵੀ ਤੇਰਾ ਰੈੱਡ ਲਾਈਨ ਮਾਰ ਦਾਂਗੇ ਤੇਰੀ ਫਰਦ ਤੇ, ਵੀ ਤੇਰਾ ਝੰਡੋ ਚੋਦਾਂਗੇ ਜੀ। ਵੀ ਜ਼ਿਮੀਂਦਾਰ ਥੋੜ੍ਹੀ ਕਸੂਰਵਾਰ ਆ, ਉਹ ਵੀ ਆ ਜਿਹਨੇ 80,000 ਠੇਕੇ ਦਾ ਲੈ ਲਿਆ। ਸਹੀ ਗੱਲ ਹੈ, ਵੀ ਉਹ ਵੀ ਕਸੂਰਵਾਰ ਆ ਨਾ। ਬਾਕੀ ਬਈ ਸਭ ਤੋਂ ਵਧੀਆ ਗੱਲ ਤੇਰੀ ਲੱਗੀ ਵੀ ਪਹਿਲਾਂ ਜਿਵੇਂ ਇਹ ਕੋਈ ਸ਼੍ਰੋਮਣੀ ਕਮੇਟੀ ਦਾ ਵਾਹਣ, ਜਿਵੇਂ ਮੰਨ ਲਓ ਸ਼੍ਰੋਮਣੀ ਕਮੇਟੀ ਕੋਲੇ ਬਹੁਤ ਵੱਡਾ ਬਜਟ ਆ, ਮੇਰੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਘੱਟੋ ਘੱਟ 500 ਏਕੜ ਜ਼ਮੀਨ ਆ, 300 ਸ਼ਾਇਦ 500। ਠੀਕ ਹੈ, ਤੇ ਇੱਥੇ ਡੇਰੇ ਵੀ ਨੇ ਜਿਹਨਾਂ ਕੋਲੇ 100-100 ਏਕੜ ਜ਼ਮੀਨ ਹੈ। ਇਹਨਾਂ ਸੰਸਥਾ ਨੂੰ ਕੋਈ ਫਰਕ ਨਹੀਂ ਪੈਂਦਾ, ਆਪਦੇ ਧਰ ਲੈਣੇ ਇੰਪਲੀਮੈਂਟ ਲਿਆ ਕੇ ਜਿਹਨੂੰ ਠੇਕੇ ਦਿੰਦੇ ਨੇ, ਲੈ ਭਾਈ ਆਹ ਸਾਡੇ ਇੰਪਲੀਮੈਂਟ ਨੇ ਤੂੰ ਵਰਤ ਲਈ ਸਾਡੀ ਜ਼ਮੀਨ ਚੱਕ ਨਹੀਂ ਲਾਉਣੀ। ਹੈਂ, ਬਿਲਕੁਲ। ਫਿਰ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇਗੀਆਂ ਹੁਣ ਸਰਪੰਚੀ ਦੀਆਂ ਚੋਣਾਂ ਨੇ, ਕਿਉਂ ਨਹੀਂ ਸਰਕਾਰ ਕਹਿੰਦੀ ਵੀ ਭਾਈ ਉਹ ਜ਼ਿਮੀਂਦਾਰ ਠੇਕਾ ਇਹਦੀ ਬੋਲੀ ਦਿਓ ਜਿਹੜਾ ਅੱਗ ਨਹੀਂ ਲਾਊਗਾ, ਨਹੀਂ ਅਸੀਂ ਜ਼ਮੀਨ ਨਹੀਂ ਠੇਕੇ ਦਿੰਦੇ। ਬਿਲਕੁਲ, ਆਪਦੇ ਘਰੋਂ ਸਰਕਾਰ ਸ਼ੁਰੂ ਕਰੇ, ਸਾਰੇ MLA ਦਾ ਸਕੰਜਾ ਕਸੀ। ਬਿਲਕੁਲ, ਹੈਂ ਫਿਰ ਪੂਰੇ ਪ੍ਰਸ਼ਾਸਨ ਦਾ, ਜਿਹੜੇ ਗਵਰਨਮੈਂਟ ਦੇ ਖਜ਼ਾਨੇ 'ਚੋਂ ਤਨਖਾਹ ਲੈਂਦੇ ਨੇ ਜ਼ਮੀਨਾਂ ਠੇਕੇ ਦਿੰਦੇ ਨੇ, ਚਾਹੇ ਉਹ ਪਟਵਾਰੀ ਨੇ, ਚਾਹੇ ਮਾਸਟਰ ਨੇ, ਚਾਹੇ ਤਹਿਸੀਲਦਾਰ ਨੇ, ਚਾਹੇ ਉਹ ਪੁਲਿਸ ਅਫਸਰ ਨੇ, ਚਾਹੇ ਉਹ ਮਾਲਕ ਕੋਈ ਵੀ ਆ, ਚਾਹੇ ਉਹ 84,000 ਇੱਕ। ਬਿਲਕੁਲ, ਥਰਡ ਕਲਾਸ ਦਾ ਬੰਦਾ ਇੱਕ 30,000 ਰੁਪਇਆ ਤਨਖਾਹ ਲੈਂਦਾ ਪਰ ਆਪਦੇ 10 ਕਿੱਲੇ ਠੇਕੇ ਦੇ ਰਿਹਾ। ਬਿਲਕੁਲ, ਉਹਨੂੰ ਕਿਉਂ ਲੈ ਕੇ ਰੁਪਈਏ ਉਹ ਭੱਗ ਗਿਆ ਸੀ, ਕੰਪੀਟੀਸ਼ਨ 80,000 ਰੁਪਇਆ ਠੇਕਾ ਹੋ ਗਿਆ, 10,000 ਦੀ 5,000 ਦੀ ਗੇਮ ਰਹਿ ਗਈ ਜ਼ਿਮੀਂਦਾਰ। ਬਿਲਕੁਲ, ਜ਼ਿਮੀਂਦਾਰ ਦੇ ਉੱਤੇ ਉਲਟਾ ਪ੍ਰੈਸ਼ਰ ਪਾਉਣੇ ਆਪਾਂ, ਪ੍ਰੈਸ਼ਰ ਉਹਦੇ ਵੀ ਬਣਨਾ ਚਾਹੀਦਾ, ਉਨਾ ਹੀ ਜ਼ਮੀਨ ਮਾਲਕ 'ਤੇ ਪ੍ਰੈਸ਼ਰ ਬਣਨਾ ਚਾਹੀਦਾ, ਚਾਹੇ ਉਹ ਕਿਸੇ ਕਿੱਤੇ ਨਾਲ ਸੰਬੰਧਿਤ ਆ। ਚੱਲ ਇਹ ਤਾਂ ਗੱਲ ਹੋ ਗਈ ਬਾਈ ਵੀ ਜਿਵੇਂ ਵੀ ਉਹ ਬੰਦਿਆਂ ਵੱਲੋਂ 5-4 ਹਜ਼ਾਰ ਰੁਪਇਆ ਆਪਾਂ ਕਹਿ ਦਈਏ ਵੀ ਘੱਟ ਹੋਣਾ ਚਾਹੀਦਾ ਹੈ, ਜਾਂ ਜੇ ਉਹ ਕਿਸਾਨ ਆਪਦੇ ਲੈਵਲ 'ਤੇ ਇਹਦਾ ਕੋਈ ਹੱਲ ਕਰਨਾ ਚਾਹੁੰਦਾ ਹੋਵੇ, ਆਪਦੇ ਲੈਵਲ 'ਤੇ ਉਦੋਂ ਹੋਊਗਾ ਇਹਦਾ ਹੱਲ ਜਦੋਂ ਸਰਕਾਰ ਨੇ ਸਾਰੀਆਂ ਸਬਸਿਡੀਆਂ ਬੰਦ ਕਰਤੀਆਂ ਇੰਪਲੀਮੈਂਟਾਂ ਦੀਆਂ। ਅੱਛਾ,
ਇੱਕ ਵੀ ਸਬਸਿਡੀ ਨਹੀਂ ਦੇਣੀ ਚਾਹੀਦੀ ਇੰਪਲੀਮੈਂਟ ਦੀ, ਤੇ ਉਹਨੂੰ ਕਹਿਣ ਵੀ ਤੂੰ ਇਹਨੂੰ ਜਿਵੇਂ ਮਰਜ਼ੀ ਸਾਂਭ, ਅਸੀਂ ਤੈਨੂੰ 10 ਜਾਂ 20 ਰੁਪਏ ਬੋਨਸ ਦਿੰਦੇ ਵੀ ਫਸਲ ਮਗਰੀ ਤੈਨੂੰ ਪੈਸੇ ਵੱਧ ਦੇ, ਬਸ ਗੱਲ ਕਿੱਲੇ ਮਗਰੋਂ ਪੈਸੇ ਬਣ ਲੈ, ਕਿੱਲੇ ਮਗਰ ਤਾਂ ਲੋੜ ਹੀ ਨਹੀਂ ਬਾਈ, ਉਹਨੂੰ 10 ਰੁਪਏ 20 ਰੁਪਏ ਬੋਨਸ ਦੇ ਕਰ ਦੇਣ ਕੁਆਂਟਮ, ਉਦੋਂ ਬਾਅਦ ਵੈਰੀਫਿਕੇਸ਼ਨ ਹੋਵੇ, ਇਹ 3-4 ਗਵਾਈਆਂ ਹੋਣ ਵੀ ਆਹ ਬੰਦੇ ਨੇ ਅੱਗ ਨਹੀਂ ਲਾਈ ਭਾਈ ਇਹਨੂੰ ਆਹ ਬੋਨਸ ਦਾ ਚੈੱਕ, ਖੇਤੀਬਾੜੀ ਮਹਿਕਮਾ ਵੀ ਕਿਤੇ ਨਾ ਕਿਤੇ ਯਾਰ ਮੇਰੇ ਖਿਆਲ 'ਚ ਢਿੱਲ ਛੱਡਦਾ ਬਾਈ। ਖੇਤੀਬਾੜੀ ਮਹਿਕਮਾ, ਹੁਣ ਖੇਤੀਬਾੜੀ ਮਹਿਕਮਾ ਉੱਥੇ ਆ ਗਈ ਗੱਲ, ਉਹਨਾਂ ਦਾ ਮੈਂ ਦੇਖਿਆ ਹੈਗਾ ਜਿਵੇਂ ਮੈਂ ਖੁਦ ਸਾਡੇ ਜ਼ਿਲ੍ਹੇ 'ਚ ਦੇਖ ਲਾਂ ਚਾਹੇ ਕਿਤੇ ਵੀ ਦੇਖ ਲਾਂ, ਹਨਾ, ਚਾਹੇ ਉੱਥੇ ਆਤਮਾ ਦੇ ਗਰੁੱਪ ਬਣਦੇ ਹੋਣ ਚਾਹੇ ਕੋਈ ਦੂਜੇ ਗਰੁੱਪ ਬਣੇ ਹੋਣ, ਮਹਿਕਮੇ ਦੇ ਵਿੱਚ ਮੈਂ ਦੇਖਿਆ ਵੀ 2-4 ਜਿਹੜੇ ਮੁਲਾਜ਼ਮ ਨੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਨੇਗੇ। ਜਿਵੇਂ ਸਾਡੇ ਲਾਵੇ ਇੱਕ ਕੱਟੂ ਪਿੰਡ ਦਾ ਮੁੰਡਾ ਹੈਗਾ ਬਾਈ ਦਿਲਦਾਰ ਸਿੰਘ ਸਰਾਂ, ਉਹਦਾ ਪਿਓ ਵੀ ਤੈਨੂੰ ਪਤਾ ਕਾਮਰੇਡ ਆ ਮਾਸਟਰ, ਹਨਾ, ਜਿਹਨੂੰ ਮਾਸਟਰ ਮਾਸਟਰ ਕਹਿੰਦੇ ਨੇਗੇ, ਪੁਰਾਣੇ ਸੰਦ ਸਾਂਭੀ ਖੜਾ ਉਹ ਬੰਦਾ ਮੈਂ ਦੇਖਿਆ ਬਾਈ ਵੀ ਪੂਰੀ ਜੀ ਜਾਨ ਨਾਲ ਉਹ ਕੰਮ ਕਰਦਾ। ਨਹੀਂ ਨਹੀਂ ਬਹੁਤ ਅਫਸਰ ਆਉਂਦੇ ਨੇ, ਨਹੀਂ ਬੰਦਿਆਂ ਦਾ ਧਿਆਨ ਫੋਟੋਆਂ ਖਿਚਾਉਣ ਤੱਕ ਹੀ ਹੁੰਦਾ। ਬਲਦੇਵ ਸਿੰਘ ਨੌਰਥ ਹੁੰਦੇ ਦੇਖ ਲਾ, ਉਹ ਬਾਈ ਬੂਟ ਲਾ ਕੇ ਅਗਲੇ ਦੇ ਵਾਹਨ ਚ ਵਗ, ਅਗਲੇ ਖੇਤ ਚ ਵਗ ਜਾਂਦੇ ਦੇਖ ਲਾ। ਅੱਜ ਜੇ ਮੈਂ ਤੇਰੇ ਖੇਤ ਚ ਤੁਰਿਆ ਫਿਰਦਾ ਕੈਮਰਾ ਚੱਕ ਕੇ ਵੀ ਯਾਰ ਆਪਾਂ ਇਹ ਚੀਜ਼ ਕਿਹੜੀ ਸੋਚੀਏ, ਤਾਂ ਡਾਕਟਰ ਬਲਦੇਵ ਸਿੰਘ ਨੌਰਥ ਦੀ ਦੇਣ ਆ ਗਈ ਬਾਈ ਇਹ। ਬਿਲਕੁਲ ਬਿਲਕੁਲ, ਉਹ ਬੰਦੇ ਉਹ ਬੰਦਾ ਹੁਣ ਵੀ ਜਿੱਥੇ ਤੱਕ ਕਿਸਾਨਾਂ ਦੇ ਕੋਈ ਕਿਸਾਨ 'ਚ ਜਜ਼ਬਾ ਜਾਂ ਵੱਖਰਾ ਕੁਛ, ਉਹ ਰਿਟਾਇਰ ਹੋ ਕੇ ਵੀ ਜਾਂਦਾ। ਸਹੀ ਗੱਲ ਆ, ਮੈਂ ਕਹਿੰਦਾ ਉਹਨਾਂ ਨੂੰ ਹੁਣ ਵੀ ਫੋਨ ਲਾ ਲਓ, ਤੈਨੂੰ ਹੁਣ ਵੀ ਮਤਲਬ ਵੀ ਰਾਏ ਦੇਣਗੇ। ਬਿਲਕੁਲ ਬਿਲਕੁਲ, ਕੁਛ ਗਲਤੀ ਇੱਕ ਮੈਂ ਦੇਖੀ ਹੈ ਬਾਈ ਸਾਡੇ ਕਿਸਾਨਾਂ ਦੀ ਆ ਜਾਂਦੀ ਹੈਗੀ, ਜੇ ਮੰਨ ਲਾ ਜਿਵੇਂ ਹੁਣ ਆਪਾਂ ਮਹਿਕਮੇ ਨੂੰ ਵੀ ਦੋਸ਼ੀ ਕਰਾਰ ਦੇਤਾ ਮੈਂ ਆਪਦੇ ਵੱਲੋਂ ਕਹਿਤਾ, ਹਨਾ, ਉੱਥੇ ਕਈ ਵਾਰ ਗੱਲ ਕੀ ਆ, ਅਗਲਾ ਸਰਕਾਰੀ ਮੁਲਾਜ਼ਮ ਹੁੰਦਾ ਕਿਸੇ ਕਿਸਾਨ ਦੇ ਖੇਤ ਜਾਂਦਾ, ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ, ਕਹਿੰਦਾ ਉੱਤੋਂ ਉਹਨੂੰ ਬੰਨ ਲੈਂਦੇ ਨੇ, ਧੱਕਾ ਕਰਦੇ ਨੇ, ਦੋਸ਼ੀ ਆਪਣੇ ਕਿਸਾਨ ਵੀ ਨੇਗੇ। ਉਹਦਾ ਯਾਰ ਦੇਖੋ, ਜੇ ਕੋਈ ਮੁਲਾਜ਼ਮ ਕੋਈ ਗੱਲ ਆਪਾਂ ਨੂੰ ਸਮਝਾਉਣ ਆਇਆ, ਆਪਾਂ ਮੰਨ ਲਓ ਗੱਲ, ਹੁਣ ਆਪਣੇ ਕੋਲੇ 4 ਬੰਦੇ ਆ ਜਾਣ, ਮੈਨੂੰ ਕਹਿੰਦਾ ਅੱਗ ਨਾ ਲਾਓ, ਆਪਾਂ ਉਹਨਾਂ ਨੂੰ ਤਰੀਕਾ ਦੱਸੀਏ ਵੀ ਆਹ ਕੁਛ ਕਰ ਲਓ ਆਹ ਕੁਛ ਕਰ ਲਓ, ਉਲਟਾ ਉਹ ਸਮਝਣ ਦੀ ਬਜਾਏ ਮੈਨੂੰ ਟਾਰਗੇਟ ਕਰਨ ਲੱਗ ਜਾਣਗੇ। ਸਹੀ ਗੱਲ ਹੈ, ਤੂੰ ਕਿਹੜਾ ਚਮਚਾਂਗਾ ਹਾਂ ਸਰਕਾਰ ਦਾ, ਹਨਾ, ਇੱਕ ਹੋਮੇ ਵਾਲੀ ਗੱਲ ਨਹੀਂ ਆ ਜਾਂਦੀ, ਹਨਾ। ਹਾਂ ਤੇ ਇੱਕ ਬਈ ਆਪਾਂ ਇਹ ਚ ਹੋਰ ਗੱਲ ਕਰਦੇ ਹਾਂ, ਹੁਣ ਇੱਕ ਵੀਰ ਨੇ ਕੱਲ ਕਿਹਾ ਸੀਗਾ, ਕਹਿੰਦਾ ਲੈ ਤੇਰੀ ਕਣਕ 'ਚ ਸੁੰਡੀ ਵਾਲੀ ਵੀਡੀਓ ਵੀ ਤੇਰੀ ਆਈ ਲੈ, ਇਹਦੇ ਵਿੱਚ ਲੋਕ ਇਹ ਵੀ ਗੱਲ ਕਹਿ ਜਾਂਦੇ ਆ, ਕਹਿੰਦੇ ਜੇ ਅਸੀਂ ਵਿੱਚ ਬਾਉਣੇ ਆ ਸੁੰਡੀ ਪੈਂਦੀ ਆ, ਉਹਦਾ ਕੀ ਹੱਲ ਹੈ ਬਾਈ? ਮੇਰੇ ਤਾਂ ਮੈਨੂੰ ਤਾਂ ਅੱਜ ਦੇਖ ਲਾ ਤੂੰ 24 ਚੱਲ ਪਿਆ, ਹਾਂ ਹਨਾ, 13-14 ਸਾਲ ਹੋ ਗਏ। ਬਿਲਕੁਲ ਬਾਈ, ਮੇਰਾ ਤੂੰ ਆਂਢ ਗਵਾਂਢ ਜੋ ਕਿਸੇ ਨੂੰ ਪੁੱਛ ਲਈ ਮੇਰੇ ਬਾਹਾਂ 'ਚ ਤਾਂ ਕਿਤੇ ਸੁੰਡੀ ਪਈ। ਅੱਛਾ, ਹਾਂ ਤੇ ਕੀ ਨਾਂ ਕੀ ਆ, ਐਡਰੈਸ ਕੀ ਆ ਤੇਰਾ, ਇਹ ਵੀ ਦੱਸਦੇ ਬੰਦੇ ਭੁਲੇਖਾ ਵੀ ਕੱਢ ਲੈਣ ਵੀ ਕਿਤੇ ਝੂਠ ਤਾਂ ਨਹੀਂ ਬੋਲੀ ਜਾਂਦਾ ਗਿਆ ਨਹੀਂ ਬਾਈ? ਪਿੰਡ ਲੌਂਗੋਵਾਲ, ਹਾਂ, ਜ਼ਿਲ੍ਹਾ ਸੰਗਰੂਰ ਆ, ਠੀਕ ਹੈ, ਲੋਹਾਖੇੜਾ ਰੋਡ ਤੇ ਮੇਰਾ ਪਿੰਡ ਖੇਤ ਹੈ, ਖੇਤ ਹੈਗਾ। ਹਾਂ ਮੈਨੂੰ ਨਾ ਲੋਕ ਨਿੰਮਾ ਦੋਲਡ ਦੇ ਨਾਂ ਨਾਲ ਜਾਣਦੇ ਨੇ, ਪਰ ਪੂਰਾ ਨਿਰਮਲ ਸਿੰਘ ਨਾਮ ਮੇਰਾ, ਠੀਕ ਹੈ, ਜੇ ਆਪਾਂ ਨਿਰਮਲ ਸਿੰਘ ਪੁੱਛੇ ਉਲਝ ਜੂ, ਅਗਲਾ ਜੇ ਕਹੇ ਜੇ ਨਿੰਮਾ ਦੋਲਡ, ਹਾਂ ਉਹਦੀ ਅਗਲਾ ਸਮਝੂ। ਬਿਲਕੁਲ ਵੀ ਲੋਹਾਖੇੜੇ ਵਾਲੇ ਅੱਡੇ ਤੇ ਜਿੱਥੇ ਟੋਬੇ ਜਣੇ, ਹਨਾ, ਲੋਹਾਖੇੜੇ ਜਦੋਂ ਆਪਾਂ ਲੌਂਗੋਵਾਲ ਤੋਂ ਲੋਹਾਖੇੜੇ ਨੂੰ ਜਾਂਦੇ, ਹਾਂ ਲੌਂਗੋਵਾਲ ਤੋਂ ਲੋਹਾਖੇੜੇ ਵਾਲਾ ਅੱਡਾ ਪੈਦਾ ਜਿਹੜਾ, ਹਾਂ ਠੀਕ ਹੈ। ਆਹ ਦੇਖ ਲਓ ਬਾਈ ਤੁਹਾਡੇ ਸਾਹਮਣੇ ਆ, ਕੋਈ ਬਾਈ ਨੇ ਬੱਟਾਂ ਤੋਂ ਪਰਾਲੀ ਨਹੀਂ ਹਟਾਈ ਹੈਗੀ, ਉਵੇਂ ਪਈ ਆ, ਕਿਤੇ ਤੁਹਾਨੂੰ ਅੱਗ ਦਾ ਕੋਈ ਨਿਸ਼ਾਨ ਵੀ ਦੀਜੇ ਕੁਛ ਵੀ ਦੀਜੇ, ਆਹ ਦੇਖ ਲਓ ਸਾਹਮਣੇ ਸਫੈਦਾ ਖੜਾ, ਐਂ ਖੜਾ 9 ਵਾਰ 9। ਨਹੀਂ ਮੈਂ ਕਹਿੰਦਾ ਬਾਈ ਲੋਕ ਆਪਣੇ ਅੱਗ ਲਾ ਲਾ ਕੇ ਦਰਖਤ ਹੀ ਫੂਕੀ ਜਾਂਦੇ ਹੈਗੇ, ਆਪਦੇ ਆਪ ਨੂੰ ਹੀ ਨੁਕਸਾਨ ਕਰੀ ਜਾਂਦੇ ਹੈਗੇ। ਬਾਈ ਦੇਖੋ, ਜਦੋਂ ਅਸੀਂ ਅੱਗ ਲਾਉਂਦੇ ਹਾਂ ਜ਼ਮੀਨ ਦੇ ਵਿੱਚ, ਦੂਜਿਆਂ ਦੀ ਬਜਾਏ ਪਹਿਲਾਂ ਸਾਡਾ ਆਪਦਾ ਨੁਕਸਾਨ, ਆਪਦੀ ਸਾਡੀ ਧਰਤੀ ਦਾ ਨੁਕਸਾਨ, ਬਿਲਕੁਲ ਆਪਦੇ ਸਾਡੇ ਤੱਤਾਂ ਦਾ ਨੁਕਸਾਨ ਪਹਿਲਾਂ ਅਸੀਂ ਆਪਦਾ ਹੀ ਕਰਦੇ ਹਾਂ। ਬਿਲਕੁਲ ਬਾਈ ਬਿਲਕੁਲ, ਪਰ ਕਿਸਾਨ ਕਿਤੇ ਨਾ ਕਿਤੇ ਮਜਬੂਰ ਹੋ ਜਾਂਦਾ ਗਾ ਵੀ ਉਹ ਵਿਚਾਰਾ ਡਰ ਜਾਂਦਾ ਯਾਰ, ਇਹਨੂੰ ਮੈਂ ਸਾਹਮਣੇ ਕਿਵੇਂ, ਜਿਵੇਂ ਸੁੰਡੀ ਵਾਲਾ ਡਰ ਹੋ ਗਿਆ, ਬਹੁਤ ਲੋਕਾਂ ਦੇ ਸੁੰਡੀ ਪਈ ਆ। ਬਿਲਕੁਲ, ਜਿਨ੍ਹਾਂ ਨੇ ਲੂਜ ਪਰਾਲੀ ਫੂਕ ਕੇ ਬੀਜਿਆ ਗਾ ਉਹਨਾਂ ਦੇ ਬਹੁਤ ਸੁੰਡੀ ਪਈ ਹੈਗੀ। ਅੱਛਾ, ਸੁੰਡੀ ਬਥੇਰੀ ਪੈ ਜਾਂਦੀ ਹੈ ਲੋਕਾਂ ਦੇ। ਕਾਰਨ ਕੀ ਸੁੰਡੀ ਪੈਣ ਦਾ ਕਾਰਨ, ਜਿਵੇਂ ਤੂੰ ਕਹਿੰਦਾ ਵੀ ਤੇਰੇ ਆਉਂਦੀ ਨਹੀਂ, ਹਨਾ, ਹੁਣ ਬਾਈ ਮੇਰੀ ਗੱਲ, ਤੂੰ ਇਹੋ ਜਿਹਾ ਕੀ ਨੁਕਤਾ ਵਰਤਦਾ? ਤੂੰ ਐਂ ਦੇਖ ਵੀ ਆਪਾਂ ਨੇ ਜਿਹੜੀ ਆ ਪਰਾਲੀ ਵਿੱਚ ਵਾਹੀ ਹੈਗੀ, ਹਾਂ, ਇਹ ਝੋਨੇ ਤੇ ਇੱਕ ਵੀ ਸਪਰੇਅ ਨਹੀਂ ਕਰੀ, ਠੀਕ ਹੈ,
ਇਹਤੇ ਤੱਤਾਂ ਵਾਲੀਆਂ ਸਪਰੇਹਾਂ ਕਰੀਆਂ ਨੇ ਜਾਂ ਪਿੱਛੋਂ ਇੱਕ ਤੇਲੇ ਵਾਲੀ ਕਰੀ ਆ। ਠੀਕ ਹੈ, ਉਹੀ ਜਿਹਦੀ ਆਪਾਂ 1985 ਜਿਹਦੀ ਆਪਾਂ ਗੱਲ ਕਰਦੇ ਹੁੰਦੇ ਉਹੀ ਝੋਨਾ ਹੈ। ਹਾਂ ਠੀਕ ਹੈ ਨਾ, ਠੀਕ ਹੈ। ਤੇ 1985 ਸੀਗਾ ਬਾਈ, ਮੰਨ ਲਓ ਜਦੋਂ ਮਿੱਤਰ ਕੀੜੀ ਤੁਹਾਡੇ ਕੋਲ ਇੰਨੇ ਹੋ ਗਏ, ਹਾਂ ਠੀਕ ਹੈ ਨਾ, ਜਦੋਂ ਮਿੱਤਰ ਕੀੜਿਆਂ ਦੀ ਵਡੋਤਰੀ ਹੋ ਗਈ, ਹਾਂ, ਕੈਮੀਕਲ ਤੁਸੀਂ ਘਟਾ ਲਏ, ਪੈਸਟੀਸਾਈਡ ਘਟਾ ਲਿਆ, ਤਾਂ ਉਹ ਆਟੋਮੈਟਿਕਲੀ, ਮੈਂ ਜਿਹੜੀ ਗੱਲ ਕਹਿ ਕੇ ਹਟਿਆ ਸੀ ਪਹਿਲਾਂ ਨਾ, ਵੀ ਕੁਦਰਤ ਬਹੁਤ ਵੱਡੀ ਬਲਵਾਨ ਆ। ਬਿਲਕੁਲ, ਜੇ ਕੁਦਰਤ ਚਾਹੇ ਨਾ ਤਾਂ ਕੁਛ ਵੀ ਕਰ ਜਾਂਦੀ ਆ, ਸਾਰਾ ਕੁਛ ਕਰ ਸਕਦੀ ਆ। ਬਿਲਕੁਲ ਠੀਕ ਹੈ ਨਾ, ਬਿਲਕੁਲ, ਪੱਕੀ ਫਸਲ ਨੂੰ ਰੋੜ ਕੇ ਲੈ ਜਾਂਦੀ ਆ, ਮਰਦੀ ਫਸਲ ਨੂੰ ਦੁੱਗਣੀ ਕਰ ਦਿੰਦੀ ਆ, ਦੁੱਗਣੀ ਕਰ ਦਿੰਦੀ ਆ। ਕੁਦਰਤ ਦਾ ਜਿਹੜਾ ਰੰਗ ਆ, ਜਦੋਂ ਤੁਸੀਂ ਆਪਦੇ ਆਪ ਨੂੰ ਕੁਦਰਤ ਨਾਲ ਮਿਲੋਗੇ ਤਾਂ ਆਈਆਂ ਜੀਆਂ ਮੁਸ਼ਕਲਾਂ ਤਾਂ ਆਟੋਮੈਟਿਕਲ ਆਉਣੋਂ ਹਟ ਜਾਂਦੀਆਂ। ਠੀਕ ਹੈ, ਬਸ ਫਿਰ ਰੱਬ ਵੀ ਸੋਚਣ ਲੱਗ ਜਾਂਦਾ ਯਾਰ, ਕਮਾਲ ਆ ਜਦੋਂ ਤੁਸੀਂ ਸੋਚੋਗੇ 100 ਗੁਣਾ ਵੱਧ ਸੋਚੋ। ਸਹੀ ਗੱਲ ਆ, ਜਦੋਂ ਕਿਤੇ ਆਪਾਂ ਅੱਧ ਪਚੱਧ ਕੰਮ ਕਰਦੇ ਨਾ, ਤਾਂ ਆਪਾਂ ਅੱਗ ਲਾ ਦਿੰਦੇ ਆਂਗੇ ਨਾ, ਆਪਾਂ ਸੱਚੇ ਬਣ ਜਾਂਦੇ ਵੀ ਉਸ ਤੋਂ ਕੱਲੀ ਪਰਾਲੀ ਪਰਾਲੀ ਜੀ ਫੂਕੀ ਹੈਗੀ, ਕੱਲੀ ਪਰਾਲੀ ਫੂਕੀ, ਹਾਂ ਵੀ ਇਹ ਫੂਕੀ ਹੈਗੀ ਉੱਥੇ। ਮੇਨ ਫੰਡਾ ਵੀ ਇਹ ਮਿਹਨਤ ਵੀ ਹੈਗੀ ਆ ਬਾਈ। ਠੀਕ ਹੈ, ਤੇ ਅਸੀਂ ਪਹਿਲਾਂ ਇਹ ਖੰਡਿਆਈ ਸਾਰੀ, ਇਹ ਤੇ ਬਾਈ ਜੇ ਆਪਾਂ ਗੱਲ ਕਰੀਏ, ਮੰਨ ਲਾ ਵੀ ਜਿਵੇਂ ਜਿਹੜੀ ਲੂਜ ਪਰਾਲੀ ਲੈਣ ਆਈ ਤੀ ਉਹ ਅਸੀਂ ਸਾਰੀ ਖਿਲਾਰੀ ਆ ਪਹਿਲਾਂ, ਖਿਲਾਰੀ ਹੈ ਮੰਨ ਕੇ ਚੱਲ ਵੀ ਜਿਹੜਾ ਇੱਕ ਪੁਰਜਾ ਕੰਪੈਨ ਦੇ ਸੁਪਰ SMS ਆ ਜਿਹੜਾ, ਹਨਾ, ਉਹਦੇ ਬਿਨਾ ਸਾਰੇ ਇੰਪਲੀਮੈਂਟ ਠੀਕ ਹੈ ਅਧੂਰੇ ਨੇ। ਉਹ ਮਾਂ ਗੀ ਜੇ ਉਹ ਚੱਲੂ ਤਾਂ ਮਗਰ ਚੱਲਣਗੇ ਤਾਂ ਪਰਾਲੀ ਸਮੂਹ ਨਹੀਂ ਸਮਝਦੀ ਨੀ। ਠੀਕ ਹੈ, ਇੱਥੇ ਤੁਹਾਡੇ ਜਿਹੜਾ ਉਹ SMS ਵਾਲਾ ਚੱਲਿਆ ਜੀ, ਨਹੀਂ ਬਾਈ ਇੱਥੇ ਆਪਾਂ ਦੂਜੇ ਤੇ ਆਪਾਂ ਹੱਥਾਂ ਨਾਲ ਖਿਲਾਰੀ ਹੈ, ਹੱਥਾਂ ਨਾਲ ਖਿਲਾਰੀ ਹੈ। ਉਹਦਾ ਫਿਰ ਜਿਹੜੀ ਪਰਾਲੀ 16 ਫੁੱਟ ਚੋਂ ਇਕੱਠੀ ਕਰਕੇ 2 ਫੁੱਟ ਚ ਆ ਗਈ, ਹਾਂ, ਉਹਦਾ ਵਾਪਸ 16 ਫੁੱਟ ਚ ਲਿਜਾਣੀ ਪਊ, ਲਿਜਾਣੀ ਪਊ ਉੱਥੇ। ਚਾਹੇ ਹੱਥਾਂ ਨਾਲ ਲੈ ਜਾਓ, ਚਾਹੇ ਕੰਪੈਨ ਦੇ ਸੁਪਰ SMS ਨਾਲ ਲੈ ਜਾਓ, ਜਿੰਨਾ ਚਿਰ ਉਹ ਉੱਥੇ ਨਹੀਂ ਜਾਂਦੀ, ਨਾ ਮਲਚਰ ਚੱਲੇ, ਨਾ ਹੈਪੀ ਸੀਡਰ ਚੱਲੇ, ਨਾ ਸੁਪਰ ਸੀਡਰ ਚੱਲੇ, ਨਾ ਆਪਣਾ ਕੋਈ ਰੂਟਾਵੀਟਰ, ਕੋਈ ਵੀ ਤੁਹਾਡਾ ਸੰਦ ਆ ਜਿਹੜਾ ਉਹ ਚੱਲਦਾ ਨਹੀਂ, ਚੋਕ ਹੋ ਜਾ ਕਰੂਗਾ, ਉਹ ਚੋਕ ਹੀ ਹੋਊਗਾ। ਇਹਦੇ ਫਿਰ ਬਾਈ ਤੁਹਾਡਾ ਕਿੰਨਾ ਤੇਲ ਲੱਗ ਗਿਆ, 1 ਕਿੱਲੇ ਤੇ ਕਿੰਨਾ ਖਰਚਾ ਆ ਗਿਆ? ਇਹ ਸਾਡਾ 6 ਲੀਟਰ ਲੱਗਿਆ ਬਾਈ, 6 ਲੀਟਰ, ਮੰਨ ਲਓ ਵੀ 100 ਰੁਪਏ ਦਾ ਖਰਚਾ ਲਾ ਲਓ ਤੁਸੀਂ ਆਪਾਂ, ਬਾਕੀ ਕੁਛ ਟਰੈਕਟਰ ਦੀ ਕਸਾਈ ਲਾ ਲਓ, ਜੋ ਵੀ ਆਪਦਾ ਹੋਆ, ਹਨਾ ਯਾਰ। ਗੱਲ ਸੁਣੋ ਮੇਰੀ, ਜੇ 2-3 ਕੁ ਹਜ਼ਾਰ ਰੁਪਏ ਕਿੱਲੇ 'ਚ ਆਪਾਂ ਸਾਂਭ ਲੈਂਦੇ ਹਾਂ, ਕਿਰਾਏ 'ਤੇ ਸੰਭਾਲਿਆ, ਆਪਦਾ ਸੰਭਾਲਿਆ, ਤਾਂ ਕੁਦਰਤ ਕਿਤੇ ਨਾ ਕਿਤੇ ਬਲਵਾਨ ਆ, ਤੁਹਾਨੂੰ ਸਾਰਾ ਕੁਛ ਦੇ ਦੂਗੀ, ਇੱਕ ਗੱਲ ਰੱਖਦੀ ਨਹੀਂ ਹੈਗੀ। ਇੱਕ ਤਾਂ ਮੰਨ ਲਾ ਬਾਈ, ਇਹਦੇ ਤਾਂ ਆਪਾਂ ਕਹਿੰਦੇ ਹਾਂ ਪਰਾਲੀ ਵਾਲੀ ਆ ਗਈ, ਜਦੋਂ ਆਪਣੀਆਂ ਕਣਕਾਂ ਦੇ ਮਗਰ ਤਾਂ ਨਾੜ ਕੁਛ ਵੀ ਨਹੀਂ ਹੁੰਦਾ, ਬੰਦੇ ਉਹਨਾਂ ਨੂੰ ਵੀ ਅੱਗ ਲਾ ਦਿੰਦੇ ਉੱਥੇ ਬਾਈ, ਸਾਰਾ ਕਿਸਾਨ ਜ਼ਿੰਮੇਵਾਰ ਉਹ ਚੀਜ਼, ਉਸ ਦਾ ਸਾਰਾ ਕਿਸਾਨ ਜ਼ਿੰਮੇਵਾਰ ਇੱਥੇ, ਆਹ ਪਰਾਲੀ ਦੇ ਵਿੱਚ ਕਿਸਾਨ ਜ਼ਿੰਮੇਵਾਰ ਘੱਟ ਆ, ਉੱਥੇ ਸਾਰਾ ਕਿਸਾਨ, ਜਦੋਂ ਆਪਾਂ ਕਣਕ ਦੇ ਨਾੜ ਨੂੰ ਅੱਗ ਲਾ ਦਿੰਦੇ ਆ, ਦੋ ਚੀਜ਼ਾਂ ਦਾ ਨੁਕਸਾਨ ਹੁੰਦਾ ਉੱਥੇ। ਠੀਕ ਹੈ, ਇੱਕ ਤਾਂ ਬਾਈ ਉੱਪਰੋਂ ਟੈਂਪਰੇਚਰ ਵਗ ਜਾਂਦਾ 30-35 ਦੇ ਨੇੜੇ, ਹਾਂ ਬਿਲਕੁਲ, ਮੈਨੂੰ ਲੱਗਦਾ 40-40 ਡਿਗਰੀ ਦੀ ਵਗ ਜਾਂਦਾ ਆਰਾਮ ਨਾਲ ਬਾਈ, ਠੀਕ ਹੈ ਨਾ, ਹਾਂ। ਉਦੋਂ ਜਿਹੜੀ ਅਸੀਂ ਅੱਗ ਲਾਉਣੇ ਆਂਗੇ, ਇੱਕ ਤਾਂ ਬਾਈ ਉਹਦਾ ਸੇਕ ਬਹੁਤ ਉੱਚਾ ਹੁੰਦਾ, ਉਹ ਦਰਖਤ ਨਹੀਂ ਛੱਡਦੀ ਕੋਈ, ਬਿਲਕੁਲ ਬਾਈ, ਫਿਰ ਰੱਬ ਕੁਦਰਤ ਰੁੱਸ ਜਾਂਦੀ ਆ ਬੰਦਿਆਂ ਨਾਲੋਂ, ਹਨਾ, ਹਾਂ। ਜਦੋਂ ਜੇ ਕੁਦਰਤ ਤੁਹਾਡੇ ਨਾਲ ਰੁੱਸ ਗਈ, ਫਿਰ ਤੁਹਾਡੇ ਕੋਲੇ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਦਿੰਦੀ, ਹਾਏ ਹਾਏ ਹਾਏ, ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਡਾਣੇ ਤੁਸੀਂ ਬੈਠੇ ਹੋ ਫਿਰ ਉਹੀ ਵੱਢੀ ਜਾਂਦੇ ਹੋ, ਉਹੀ ਵੱਢੀ ਜਾਂਦੇ ਆ, ਹਾਂ। ਵੀ ਯਾਰ ਮੈਂ ਇਹੀ ਗੱਲ, ਬਾਬਾ ਨਾਨਕ ਝੂਠ ਨਹੀਂ ਮਾਰਦਾ, ਉਹਨੇ ਕਿਹਾ ਵੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਗੇ, ਬਿਲਕੁਲ ਬਾਈ ਬਿਲਕੁਲ, ਠੀਕ ਹੈ ਨਾ, ਇਹੀ ਗੱਲ ਆ। ਚਲੋ ਵੀ ਜਦੋਂ ਤੁਸੀਂ ਕੁਦਰਤ, ਉਹਦੇ ਵਿੱਚ 2-3 ਨੁਕਸਾਨ ਆਉਂਦੇ ਨੇ, ਇੱਕ ਤਾਂ ਦਰਖਤਾਂ ਦਾ ਬਹੁਤ ਵੱਡਾ ਨੁਕਸਾਨ, ਹਾਂ ਬਾਈ ਹਾਂ, ਇੱਕ ਬਾਈ ਉੱਤੋਂ ਬਹੁਤ ਵੱਡਾ ਟੈਂਪਰੇਚਰ ਤੇਜ਼ ਹੁੰਦਾ, ਇੱਕ ਉਦੋਂ ਧਰਤੀ ਗਰਮ ਹੋ ਜਾਂਦੀ ਆ, ਸਲਫਰ ਬਹੁਤ ਛੇਤੀ ਮੱਚਦਾ ਸਾਡੀ ਜ਼ਮੀਨ ਦਾ, ਹਾਂ ਬਿਲਕੁਲ, ਇਸੇ ਕਰਕੇ ਤਾਂ ਤੁਸੀਂ ਇੱਕ ਚੀਜ਼ ਕਰਿਆ ਕਰੋ ਵੀ ਕਣਕ ਦਾ, ਕਣਕ ਵੱਢਣ ਤੋਂ ਬਾਅਦ ਉਹਦੀ ਉਹਨੂੰ ਵਾਹੋ ਨਾਲ ਦੀ ਨਾਲੀ ਜ਼ਮੀਨ ਨੂੰ, ਠੀਕ ਹੈ, ਵਾਹ ਕੇ ਚੰਗੇ ਉੱਤੇ ਵਧੀਆ, ਸਾਰਿਆਂ ਕੋਲੇ ਤਕੜੇ ਟਰੈਡ ਨੇ, 3 ਸਿਲੰਡਰ ਤੋਂ ਛੋਟਾ ਟਰੈਡ ਕਿਸੇ ਕੋਲੇ ਜ਼ਿਮੀਦਾਰ ਕੋਲੇ ਹੈ ਨਹੀਂ, ਸਵਰਾਜ 735 ਸਾਰਿਆਂ ਕੋਲ ਹੀ ਹੈਗਾ, ਬਿਲਕੁਲ, ਉਦੋਂ ਛੋਟਾ ਤਾਂ ਟਰੈਕਟਰ ਹੋਣਾ ਹੀ ਨਹੀਂ ਕਿਸੇ ਕੋਲ, ਹਾਂ, ਹਲਾਂ ਨਾਲ ਵੱਟ ਕੇ ਵਾਹਣ ਨੂੰ, ਠੀਕ ਹੈ, ਪੱਟ ਕੇ ਛੱਡ ਦਿਓ, ਜਦੋਂ ਤੁਸੀਂ ਮਾਰਚ 'ਚ ਪਾਣੀ ਲਾ ਤਾ ਕਣਕ ਨੂੰ, ਹਾਂ, ਉਦੋਂ ਬਾਅਦ ਜਿੰਨਾ ਚਿਰ ਤੁਸੀਂ ਝੋਨਾ ਨਹੀਂ ਲਾਉਣਾ ਕਣਕ ਨੂੰ, ਵਾਹਣ ਨੂੰ ਪਾਣੀ ਨਹੀਂ ਦਿਖਾਉਣਾ, ਠੀਕ ਹੈ, ਨਾ ਫੰਗਸ ਪਵੇ,
ਠੀਕ ਹੈ ਨਾ ਤੁਹਾਡੇ ਤੱਤ ਘਟਣ, ਥੋੜਾ ਯੂਰੀਆ ਆਟੋਮੈਟਿਕਲੀ ਹੀ ਜ਼ਮੀਨ 'ਚ ਘੱਟ ਪਊ ਝੋਨੇ 'ਚ। ਪਰ ਉਦੋਂ ਤਾਂ ਆਪਣੇ ਐਂ ਕਹਿੰਦੇ ਹੁੰਦੇ ਆ ਬਾਈ, ਕਹਿੰਦੇ ਧਰਤੀ ਠੰਡੀ ਕਰਦੇ ਆ, ਇਹਨੂੰ ਪਾਣੀ ਲਾ ਲਾ ਕੇ ਉਹ ਕਰੀ ਜਾਂਦੇ ਆ। ਸੁੱਖੀ ਮੈਨੂੰ ਇੱਕ ਗੱਲ ਦੱਸ ਬਾਈ, ਜੇ ਕਿਸੇ ਮਾਂ ਦਾ ਪੁੱਤ ਚਿੱਟਾ ਪੀਣ ਲੱਗ ਜੇ, ਹੈਂ ਘਰ ਬਰਬਾਦ ਕਰਨ ਲੱਗ ਜੇ, ਉਹਦੀ ਮਾਂ ਤਾਂ ਕਿਤੇ ਗਰਮ ਹੋਈ ਦੇਖੀ ਆ, ਉਹ ਐਂ ਕਹੂਗੀ ਵੀ ਪੁੱਤ ਸੁਧਰ ਜਾ, ਸੁਧਰ ਜਾ, ਸਹੀ ਗੱਲ। ਐਂ ਦੇਖੀ ਆ ਕਿਤੇ ਕਹੇ ਵੀ ਤੂੰ ਮਰ ਜਾ, ਕਹਿੰਦੀ ਤਾਂ ਨੀ ਆਪਦੇ ਪੁੱਤ ਨੂੰ, ਧਰਤੀ ਸਾਡੀ ਮਾਂ, ਇਹਨੇ ਬੋਲਣਾ ਨੀ ਹੈਗਾ। ਸਹੀ ਗੱਲ ਹੈ, ਠੀਕ ਆ ਨਾ। ਇਹ ਆਪਦੇ ਪੁੱਤ ਨੂੰ ਜਮੀ ਨਹੀਂ, ਇਹਨੇ ਆਪਦੇ ਪੁੱਤ ਨੂੰ ਰੋਟੀ ਦੇ ਹੀ ਜਾਣੀ ਆ, ਪਰ ਸਾਡਾ ਕਿਤੇ ਨਾ ਕਿਤੇ ਫਰਜ਼ ਬਣਦਾ ਇਹਦੀ ਸੇਵਾ ਕਰੀਏ, ਇਹਦੀ ਸੇਵਾ ਕਰੀਏ। ਬਿਲਕੁਲ ਬਾਈ, ਜੇ ਆਪਾਂ ਜ਼ਮੀਨ ਦੇ ਵਿੱਚੋਂ ਕੁਛ ਲੈਂਦੇ ਹਾਂਗੇ ਤਾਂ ਆਪਣਾ ਹੀ ਫਰਜ਼ ਬਣਦਾ ਬਾਈ, ਆ ਪਰਾਲੀ ਪਰੂਲੀ ਸਾਂਭ ਕੇ ਇਹਦੇ ਵਿੱਚ ਹੀ ਦੇ ਦਿਆ ਕਰੀਏ ਇਹਨੂੰ, ਹਨਾ। ਬਸ ਬਿਲਕੁਲ ਬਾਈ, ਜਿਹੜੇ ਤੱਤ ਪਾ ਕੇ ਅਸੀਂ ਵੱਡੀ ਕਰ ਲਈ, ਇਹਦੇ ਤੱਤ ਖਾ ਕੇ ਐਡੀ ਹੋ ਗਈ, ਉਹੀ ਅਸੀਂ ਵਿੱਚ ਮਿਕਸ ਕਰ ਲਏ। ਸਾਨੂੰ ਜਿਹੜੇ ਉੱਪਰੋਂ ਅਸੀਂ ਬਾਹਰੋਂ ਲੈ ਕੇ ਪਾਉਣੇ ਨੇ, ਉਹਨਾਂ ਦਾ ਸਾਨੂੰ ਕਿਤੇ ਨਾ ਕਿਤੇ ਬਾਜ਼ਾਰ ਚੋਂ ਲਿਆਉਣ ਦੀ ਲੋੜ ਨਹੀਂ ਪੈਂਦੀ। ਬਿਲਕੁਲ ਬਾਈ। ਇੱਕ ਬਾਈ ਤੇਰੇ ਤਜਰਬੇ ਨਾਲ, ਮੰਨ ਲਾ ਜਿਵੇਂ ਐਤਕੀ ਸਰਕਾਰ ਨੇ ਪੀਲੀ ਊਸ਼ਾ ਤੇ ਊਸ਼ਾ ਬੰਦ ਕਰਤੀ ਸੀ, ਹਨਾ, ਊਸ਼ਾ 47, ਪਰ ਫਿਰ ਵੀ ਬਹੁਤੇ ਕਿਸਾਨਾਂ ਕੋਲੇ ਆਪਦੇ ਬੀਬੂ ਪਏ ਸੀ। 16 ਤਰੀਕ ਊਸ਼ਾ 44 ਵਾਸਤੇ ਵਧੀਆ, ਠੀਕ ਹੈ। ਹਾਂ 16 ਤਰੀਕ ਜੇ ਉਦੋਂ ਸਰਕਾਰ ਲੇਟ ਕਰਦੀ ਆ, ਹਾਂ ਥੋੜਾ ਜਿਹਾ ਸਰਕਾਰਾਂ ਦਾ ਜਿਹੜਾ ਸਿਸਟਮ ਆ ਉਹ ਨਹੀਂ ਵਧੀਆ। ਕਾਰਨ ਕੀ? ਜਿਵੇਂ ਹੁਣ 26 ਤੱਕ ਲਵਾਤੀ ਲੋਕਾਂ ਨੂੰ, ਸ਼ੋਰਟ ਟਾਈਮ ਦੀ ਵਰਾਇਟੀ ਆ, ਮੰਡੀਆਂ 'ਚ ਸਰਕਾਰ ਨੇ ਹਜੇ ਤੱਕ ਪ੍ਰਬੰਧ ਨਹੀਂ ਕਰਿਆ। ਮੰਡੀਆਂ 'ਚ ਹਜੇ ਤੱਕ ਪ੍ਰਬੰਧ ਨਹੀਂ ਹੋਇਆ, ਸਰਕਾਰ ਨੇ ਸੋਚਣਾ ਸੀ ਵੀ ਅਸੀਂ ਸ਼ੋਰਟ ਟਾਈਮ ਦੀ ਵਰਾਇਟੀ ਤਾਂ ਲਵਾਤੀ, ਅਸੀਂ 1 ਅਕਤੂਬਰ ਤੋਂ ਸਾਰਾ ਕੰਮ ਤਿਆਰ ਰੱਖੀਏ। ਬਿਲਕੁਲ, ਮੰਡੀਆਂ ਦੀ ਹਜੇ ਸਾਫ਼ ਸਫਾਈ ਚੱਲ ਰਹੀ ਆ, ਹਨਾ। ਜੇ ਸਰਕਾਰ ਸੋਚੇ ਨਾ ਕੰਮ ਫੈਸਲਾ ਲੈਣ ਵੇਲੇ ਅਸੀਂ ਸੋਚ ਲਿਆ ਯਾਰ ਕਿਤੇ ਨਹੀਂ ਵੀ 100 ਟਾਈਮ ਦੀ ਵਰਾਇਟੀ ਲਾਓ, ਸਾਡੇ ਕੋਲੇ ਪਾਣੀ ਨਹੀਂ, ਹਨਾ। ਬਿਲਕੁਲ, ਪਰ ਅਸੀਂ ਫਿਰ ਉਹਨਾਂ ਐਡਵਾਂਸ ਵੀ ਚੱਲੀਏ ਨਾ, ਉਹ ਐਂ ਵੀ ਸੋਚੀਏ ਨਾ ਵੀ ਆਪਾਂ ਉਹ ਚੀਜ਼ ਦਾ ਗਾਹਾਂ ਵਿਆਹ ਵੀ ਕਰਨਾ ਗਾ ਵੀ ਉਹ ਕਿਵੇਂ ਹੋਊਗਾ, ਹਨਾ ਬਾਈ, ਉਹ ਚੀਜ਼ ਵੀ ਸੋਚੀਏ। ਬਿਲਕੁਲ ਸਹੀ ਗੱਲ ਆ ਬਾਈ ਦੀ, ਮੈਨੂੰ ਲੱਗਦਾ ਵੀ ਇਹਦੇ ਬਾਰੇ ਵੀ ਇੱਕ ਗੱਲ 'ਤੇ ਚਰਚਾ ਕਰਨੀ ਪਊਗੀ, ਅਲੱਗ ਵੀਡੀਓ ਕਰਨੀ ਪਊਗੀ ਵੀ ਬਾਈ ਸਰਕਾਰ ਨੇ 100 ਟਾਈਮ ਵਾਲੀਆਂ ਵਰਾਇਟੀਆਂ ਤਾਂ ਲਵਾਤੀਆਂ, ਪਰ ਸਰਕਾਰ ਕੋਲੇ ਅੱਗੇ ਆਪਦਾ ਪਲੇਟਫਾਰਮ ਨਹੀਂ ਤਿਆਰ ਹੈਗਾ ਵੀ ਉਹਦੇ ਲਈ ਕੀ ਉਹ ਆ, ਹਨਾ। ਸੋ ਨਿਰਮਲ ਬਾਈ, ਤੁਸੀਂ ਜਿਹੜੀ ਝੋਨੇ ਨੂੰ ਪਰਾਲੀ ਨਾ ਅੱਗ ਨਾ ਲਾਉਣ ਬਾਰੇ ਸੁਝਾਅ ਦਿੱਤੇ ਨੇ, ਹਨਾ, ਬਹੁਤ ਵਧੀਆ ਨੇ। ਅਸੀਂ ਆਸ ਕਰਦੇ ਹਾਂ ਵੀ ਸਰਕਾਰ ਤੱਕ ਵੀ ਸਾਡੀ ਇਹ ਵੀਡੀਓ ਪਹੁੰਚੂ, ਯੂਨੀਵਰਸਿਟੀ ਤੱਕ ਵੀ ਪਹੁੰਚੂ, ਹਨਾ, ਅਤੇ ਵੀ ਲੋਕ ਇਹਦੇ ਅਮਲ ਕਰਨਗੇ। ਸੋ ਠੀਕ ਆ ਬਾਈ, ਠੀਕ ਆ, ਧੰਨਵਾਦ, ਮਿਹਰਬਾਨੀ, ਥੈਂਕ ਯੂ ਜੀ।